ਅਸੀਂ ਇਸ ਗੱਲ ਤੋਂ ਵਾਕਿਫ ਹਾਂ ਕਿ ਮੁਹੱਬਤ ਇਨਸਾਨਾਂ ਦੀ ਇੱਕ ਬੁਨਿਆਦੀ ਖੂਬੀ ਹੈ। ਮੁਹੱਬਤ ਜਿਹੜੀ ਹੈ ਇਹ ਦੁਨੀਆ ਭਰ ਦੀਆਂ ਜ਼ਬਾਨਾਂ ਦੇ ਵਿੱਚ ਸਭ ਤੋਂ ਖੂਬਸੂਰਤ ਲਫ਼ਜ਼ ਹੈ। ਦੁਨੀਆ ਦੀ ਕੋਈ ਐਸੀ ਜ਼ਬਾਨ ਨਹੀਂ ਜਿਹਦੇ ਵਿੱਚ ਲਫ਼ਜ਼ ਮੁਹੱਬਤ ਸਭ ਤੋਂ ਜ਼ਿਆਦਾ ਸਰਾਇਆ ਨਾ ਜਾਏ, ਸਭ ਤੋਂ ਜ਼ਿਆਦਾ ਚਾਹਿਆ ਨਾ ਜਾਏ। ਔਰ ਦੁਨੀਆ 'ਤੇ ਕੋਈ ਐਸੀ ਕੌਮ ਨਹੀਂ, ਕੋਈ ਐਸਾ ਕਬੀਲਾ ਨਹੀਂ ਜਿਹੜਾ ਮੁਹੱਬਤ ਨੂੰ ਉੱਤਮ ਨਹੀਂ ਜਾਣਦਾ, ਮੁਹੱਬਤ ਨੂੰ ਸਭ ਤੋਂ ਵੱਧ ਕੇ ਖਿਆਲ ਨਹੀਂ ਕਰਦਾ। ਮੁਹੱਬਤ ਇਨਸਾਨੀਅਤ ਜਿਹੜੀ ਹੈ ਉਹਦੇ ਵਿੱਚ ਮਰਕਜ਼ ਦੀ ਹਸੀਅਤ ਰੱਖਦੀ ਹੈ, ਇਹ ਦਿਲ ਦੀ ਹਸੀਅਤ ਇਨਸਾਨੀਅਤ ਦੇ ਵਿੱਚ ਰੱਖਦੀ ਹੈ। ਇਸ ਲਈ ਬਹੁਤ ਦਫ਼ਾ ਜਦੋਂ ਅਸੀਂ ਪਿਆਰ ਦੀ ਗੱਲ ਕਰਦੇ ਹਾਂ, ਮੁਹੱਬਤ ਦੀ ਗੱਲ ਕਰਦੇ ਹਾਂ, ਤਾਂ ਅਸੀਂ ਦਿਲ ਦੀ ਗੱਲ ਕਰਦੇ ਹਾਂ। ਅਸੀਂ ਹਮੇਸ਼ਾ ਮੁਹੱਬਤ ਦੀ ਜਿਹੜੀ ਅਲਾਮਤ ਹੈ ਉਹ ਇਨਸਾਨਾਂ ਦੇ ਵਿੱਚ ਕੀ ਹੈ, ਦਿਲ ਹੈ। ਕਿੰਨੇ ਲੋਕ ਨੇ ਜਿਹੜੇ ਅੱਜ ਕੱਲ੍ਹ ਫੇਸਬੁੱਕ ਇਸਤੇਮਾਲ ਕਰਦੇ ਨੇ, ਹੱਥ ਖੜਾ ਕਰਨਗੇ ਕਿੰਨੇ ਲੋਕ ਫੇਸਬੁੱਕ ਇਸਤੇਮਾਲ ਕਰਦੇ ਨੇ? ਸੈਂਕੜੇ ਹਜ਼ਾਰਾਂ ਲੋਕ ਜਿਹੜੇ ਨੇ ਉਹ ਸਾਡੀ ਕੌਮ ਦੇ ਵੀ ਅਤੇ ਦੁਨੀਆ ਭਰ ਦੇ ਕਰੋੜਾਂ ਲੋਕ ਫੇਸਬੁੱਕ ਇਸਤੇਮਾਲ ਕਰਦੇ ਨੇ। ਅਤੇ ਜਦੋਂ ਕਿਸੇ ਨੂੰ ਕੋਈ ਗੱਲ ਬੜੀ ਚੰਗੀ ਲੱਗਦੀ ਹੈ, ਜਦੋਂ ਕੋਈ ਫੇਸਬੁੱਕ 'ਤੇ ਜਿਹੜੀ ਗੱਲ ਕੀਤੀ ਜਾਂਦੀ ਹੈ, ਕੋਈ ਤਸਵੀਰ ਲਾਈ ਜਾਂਦੀ ਹੈ, ਕੋਈ ਵੀਡੀਓ ਲਾਈ ਜਾਂਦੀ ਹੈ, ਲੋਕ ਉਹਨੂੰ ਪਸੰਦ ਕਰਦੇ ਨੇ, ਜਾਂ ਆਪਣੇ ਪਿਆਰੇ ਦੀਆਂ ਤਸਵੀਰਾਂ ਨੂੰ, ਸੋਹਣੀਆਂ ਸੋਹਣੀਆਂ ਤਸਵੀਰਾਂ ਨੂੰ, ਉਹਨਾਂ ਖੂਬਸੂਰਤ ਲਮ੍ਹਿਆਂ ਨੂੰ ਜਿੱਥੇ ਭੈਣਾਂ ਭਰਾ ਯਾਰ ਦੋਸਤ ਇਕੱਠੇ ਹੋ ਕੇ ਮਨਾਉਂਦੇ ਨੇ, ਜਦੋਂ ਉਹਨਾਂ ਨੂੰ ਅਸੀਂ ਤਸਵੀਰਾਂ 'ਚ ਪਾਉਂਦੇ ਹਾਂ ਤਾਂ ਅਸੀਂ ਕੀ ਕਰਦੇ ਹਾਂ? ਲੋਕ ਜਿਹੜੇ ਨੇ ਆਪਣਾ ਦਿਲ ਸੁੱਟਣ ਡੈ ਹੁੰਦੇ ਨੇ ਫੇਸਬੁੱਕ 'ਤੇ, ਆਪਣੀ ਮੁਹੱਬਤ ਦਾ ਇਜ਼ਹਾਰ ਇਸ ਤਰੀਕੇ ਦੇ ਨਾਲ ਉਹ ਕਰਦੇ ਕਿ ਆਪਣੇ ਦਿਲ ਜਿਹੜੇ ਨੇ ਉਹ ਫੇਸਬੁੱਕ 'ਤੇ ਸੱਟਣ ਡੈ ਹੁੰਦੇ ਨੇ, ਤਾਂ ਕਿ ਪਤਾ ਚੱਲੇ ਕਿ ਸਾਨੂੰ ਪਿਆਰ ਇਹਦੇ ਨਾਲ, ਅਸੀਂ ਇਹਨੂੰ ਪਸੰਦ ਕਰਦੇ ਹਾਂ। ਇਹ ਜਿਹੜਾ ਮੁਹੱਬਤ ਦਾ ਖਿਆਲ ਹੈ ਇਹ ਬਾਈਬਲ ਮੁਕੱਦਸ ਦੇ ਵਿੱਚ ਵੀ ਨਿਹਾਇਤ ਹੀ ਬੁਨਿਆਦੀ ਅਤੇ ਮਰਕਜ਼ੀ ਖਿਆਲ ਹੈ। ਬਾਈਬਲ ਮੁਕੱਦਸ ਦੇ ਵਿੱਚ ਮੁਹੱਬਤ ਜਿਹੜੀ ਹੈ ਇਹ ਇਸ ਕਦਰ ਬੁਨਿਆਦੀ ਹੈ ਕਿ ਨਾ ਸਿਰਫ ਇਹਨੂੰ ਇੱਕ ਜਜ਼ਬੇ ਦੇ ਤੌਰ 'ਤੇ ਬਿਆਨ ਕੀਤਾ ਗਿਆ, ਬਲਕਿ ਖੁਦਾ ਦਾ ਕਲਾਮ ਕੀ ਕਹਿੰਦਾ ਹੈ ਕਿ ਦੁਨੀਆ ਦੀ ਸਭ ਤੋਂ ਅਹਿਮ ਹਸਤੀ, ਦੁਨੀਆ ਦੀ ਸਭ ਤੋਂ ਬੁਨਿਆਦੀ ਹਕੀਕਤ ਜਿਹਨੂੰ ਅਸੀਂ ਖੁਦਾ ਦੇ ਤੌਰ 'ਤੇ ਜਾਣਦੇ ਹਾਂ ਉਹਦਾ ਨਾਂ ਹੀ ਮੁਹੱਬਤ ਹੈ। ਬਾਈਬਲ ਮੁਕੱਦਸ ਮੁਹੱਬਤ ਨੂੰ ਮਹਿਜ਼ ਜਜ਼ਬੇ ਦੀ ਹੱਦ ਤੱਕ ਨਹੀਂ ਜਾਣਦੀ, ਬਾਈਬਲ ਮੁਕੱਦਸ ਮੁਹੱਬਤ ਨੂੰ ਇੱਕ ਸ਼ਖਸ ਦੇ ਨਾਲ ਅਤੇ ਦੁਨੀਆ ਦੇ ਸਭ ਤੋਂ ਅਹਿਮ ਸ਼ਖਸ ਦੇ ਨਾਲ ਮਨਸੂਬ ਕਰਦੀ ਹੈ। ਬਾਈਬਲ ਮੁਕੱਦਸ ਕਹਿੰਦੀ ਹੈ ਕਿ ਖੁਦਾ ਕੀ ਹੈ? ਮੁਹੱਬਤ ਹੈ। ਇਹ ਉਹ ਖਿਆਲ ਹੈ ਜਿਹੜਾ ਦੁਨੀਆ ਦੇ ਕਿਸੇ ਹੋਰ ਫਲਸਫੇ ਦੇ ਵਿੱਚ, ਦੁਨੀਆ ਦੇ ਕਿਸੇ ਮਜ਼ਹਬ ਦੇ ਵਿੱਚ ਨਹੀਂ ਪਾਇਆ ਜਾਂਦਾ, ਸਿਰਫ ਬਾਈਬਲ ਮੁਕੱਦਸ ਹੈ ਜਿੱਥੇ ਖੁਦਾ ਨੂੰ ਮੁਹੱਬਤ ਕਹਿ ਕੇ ਪਹਿਚਾਨਿਆ ਗਿਆ ਹੈ। ਔਰ ਯੂਹੰਨਾ ਰਸੂਲ ਜਿਹਨੂੰ ਮੁਹੱਬਤ ਦਾ ਰਸੂਲ ਆਖਿਆ ਗਿਆ, ਉਹ ਆਪਣੀ ਅੰਜੀਲ ਦੇ ਵਿੱਚ, ਆਪਣੇ ਖਤਾਂ ਦੇ ਵਿੱਚ ਬਾਰ ਬਾਰ ਮੁਹੱਬਤ ਦੀ ਗੱਲ ਕਰਦਾ ਹੈ। ਔਰ ਉਹਦੇ ਖਤ ਜਿਹੜੇ ਨੇ ਇਸ ਚੀਜ਼ ਦੇ ਨਾਲ ਭਰੇ ਹੋਏ ਨੇ ਕਿ ਖੁਦਾ ਮੁਹੱਬਤ ਹੈ। ਪਰ ਅਗਰ ਖੁਦਾ ਮੁਹੱਬਤ ਹੈ ਤਾਂ ਉਹ ਕਿਸ ਤਰ੍ਹਾਂ ਦੀ ਮੁਹੱਬਤ ਹੈ? ਕਿਉਂਕਿ ਮੁਹੱਬਤ ਦੀਆਂ ਕਈ ਸੂਰਤਾਂ ਨੇ, ਮੁਖਤਲਿਫ ਜ਼ਬਾਨਾਂ 'ਚ ਮੁਹੱਬਤ ਦੇ ਲਈ ਅਤੇ ਮੁਹੱਬਤ ਦੇ ਮੁਖਤਲਿਫ ਪਹਿਲੂਆਂ ਨੂੰ, ਮੁਖਤਲਿਫ ਉਹਦੇ ਜਿਹੜੇ ਰੁੱਖ ਨੇ ਉਹਨਾਂ ਨੂੰ ਬਿਆਨ ਕਰਨ ਦੇ ਲਈ ਕਈ ਮੁਖਤਲਿਫ ਤਰ੍ਹਾਂ ਦੇ ਲਫ਼ਜ਼, ਮੁਖਤਲਿਫ ਤਰ੍ਹਾਂ ਦੀਆਂ ਜਿਹੜੀਆਂ ਅਲਾਮਤਾਂ ਨੇ ਉਹਨਾਂ ਨੂੰ ਵੀ ਬਿਆਨ ਕੀਤਾ ਜਾਂਦਾ ਹੈ। ਮੁਹੱਬਤ ਜਿਹੜੀ ਹੈ ਉਹ ਖਾਨਦਾਨੀ ਮੁਹੱਬਤ ਵੀ ਹੈ, ਬੜੀ ਕੁਦਰਤੀ ਮੁਹੱਬਤ ਹੈ।
ਮਾਂ ਬਾਪ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਨੇ, ਭੈਣਾਂ ਭਰਾ ਆਪਣੇ ਭੈਣਾਂ ਭਰਾਵਾਂ ਨੂੰ ਪਿਆਰ ਕਰਦੇ ਨੇ। ਇੱਕ ਖਾਨਦਾਨੀ ਮੁਹੱਬਤ ਹੈ। ਮੁਹੱਬਤ ਯਾਰਾਂ ਦੋਸਤਾਂ ਦੇ ਵਿੱਚ ਵੀ ਮੁਹੱਬਤ ਹੁੰਦੀ ਹੈ। ਔਰ ਸਾਨੂੰ ਸਾਰਿਆਂ ਨੂੰ ਪਤਾ ਕਿ ਜਿਹੜੇ ਸੱਚੇ ਦੋਸਤ ਨੇ ਉਹ ਸੱਚੇ ਦਿਲ ਨਾਲ ਇੱਕ ਦੂਸਰੇ ਨਾਲ ਪਿਆਰ ਕਰਦੇ ਨੇ। ਮੁਹੱਬਤ ਹੋਵੀ ਹੈ। ਮੁਹੱਬਤ ਜਿਹੜੀ ਹੈ ਉਹ ਜਿਨਸੀ ਮੁਹੱਬਤ ਵੀ ਹੈ, ਜਿਹੜੀ ਮਰਦ ਨੂੰ ਔਰਤ ਦੇ ਨਾਲ ਤੇ ਔਰਤ ਨੂੰ ਮਰਦ ਦੇ ਨਾਲ ਹੁੰਦੀ ਹੈ। ਔਰ ਖੁਦਾ ਦੇ ਕਲਾਮ ਦੇ ਵਿੱਚ ਖੁਦਾ ਦੇ ਮੁਕਰਰ ਕਰਦੇ ਹੋਏ ਜਿਹੜੇ ਹੱਦਾਂ ਨੇ, ਜਿਹੜੀਆਂ ਤਰੀਕੇਕਾਰ ਨੇ, ਉਹਨਾਂ ਦੇ ਵਿੱਚ ਬੜੀ ਪਾਕ ਤੇ ਆਲਾ ਮੁਹੱਬਤ ਹੈ। ਮੁਹੱਬਤ ਖੁਦਾ ਦੀ ਇੱਕ ਕੰਮ ਦੇ ਤੌਰ ਤੇ ਜਾਂ ਲੋਕਾਂ ਤੱਕ ਪਹੁੰਚਣ ਦਾ ਜਿਹੜਾ ਤਰੀਕਾ ਹੈ ਉਹਦੇ ਹਵਾਲੇ ਨਾਲ ਮੁਹੱਬਤ ਜਿਹੜੀ ਹੈ ਉਹ ਵੀ ਇਹ। ਔਰ ਉਸ ਮੁਹੱਬਤ ਨੂੰ ਬਾਈਬਲ ਮੁਕੱਦਸ ਸਭ ਤੋਂ ਆਲਾ ਤੇ ਉੱਤਮ ਮੁਹੱਬਤ ਦੇ ਤੌਰ ਤੇ ਜਾਣਦੀ ਹੈ। ਔਰ ਮੈਂ ਜਦੋਂ ਇਸ ਕਨਵੈਨਸ਼ਨ ਦੇ ਲਈ ਤਿਆਰੀ ਕਰਨ ਡਿਆ ਹਾਂ, ਮੈਂ ਬਹੁਤ ਸਾਰੇ ਜਿਹੜੇ ਮਾਹਿਰ ਨਫਸੀਆਤ ਸਨ ਉਹਨਾਂ ਨੂੰ ਵੇਖਣ ਦੀ ਕੋਸ਼ਿਸ਼ ਕੀਤੀ ਕਿ ਮੁਹੱਬਤ ਦੇ ਬਾਰੇ 'ਚ ਉਹ ਕੀ ਕਹਿੰਦੇ ਨੇ। ਜਿਹੜੇ ਲੋਕ ਫਲਸਫਾਦਾਨ ਨੇ ਉਹ ਮੁਹੱਬਤ ਦੇ ਬਾਰੇ ਵਿੱਚ ਕੀ ਕਹਿੰਦੇ ਨੇ। ਹੈਰਾਨੀ ਦੀ ਗੱਲ ਇਹ ਵੇ ਕਿ ਜਿਸ ਮੁਹੱਬਤ ਨੂੰ ਬਾਈਬਲ ਮੁਕੱਦਸ ਸਭ ਤੋਂ ਆਲਾ ਮੁਹੱਬਤ ਮੰਨਦੀ ਏ, ਮਾਹਿਰ ਨਫਸੀਆਤ ਵੀ ਉਹਨੂੰ ਸਭ ਤੋਂ ਉੱਚੀ ਤੇ ਆਲਾ ਮੁਹੱਬਤ ਮੰਨਦੇ ਨੇ। ਇਹ ਉਹ ਮੁਹੱਬਤ ਏ ਜਿਹਨੂੰ ਅਸੀਂ ਬੇਗਰਸ ਮੁਹੱਬਤ ਕਹਿੰਦੇ ਹਾਂ। ਉਹ ਮੁਹੱਬਤ ਜਿਹੜੀ ਆਪਣੇ ਆਪ ਨੂੰ ਇਸ ਲਈ ਦੂਜਿਆਂ ਨੂੰ ਦੇ ਦਿੰਦੀ ਏ ਕਿ ਉਹ ਦੂਸਰਿਆਂ ਦੀ ਆਲਾ ਤਰੀਨ ਬਿਹਤਰੀ ਤੇ ਭਲਾਈ ਚਾਹੁੰਦੀ ਏ। ਉਹ ਕਿਸੇ ਤੋਂ ਕੁਛ ਕੱਢਣ ਦੇ ਲਈ ਫਰੇਬ ਤੇ ਧੋਖੇ ਦਾ ਨਾਂ ਨਹੀਂ, ਬਲਕਿ ਸੱਚੇ ਦਿਲ ਦੇ ਨਾਲ ਬਗੈਰ ਕਿਸੇ ਗਰਜ਼ ਦੇ ਦੂਜੇ ਨੂੰ ਇਸ ਹੱਦ ਤੱਕ ਮੁਹੱਬਤ ਕਰਨਾ, ਇਸ ਤਰ੍ਹਾਂ ਪਿਆਰ ਕਰਨਾ, ਇਸ ਤਰ੍ਹਾਂ ਉਹਨਾਂ ਦੀ ਭਲਾਈ ਤੇ ਬਿਹਤਰੀ ਤੇ ਖੁਸ਼ੀ ਤੇ ਤਰੱਕੀ ਦਾ ਸਾਮਾਨ ਕਰਨਾ ਕਿ ਉਹ ਲੋਕ ਜਿਹੜੇ ਨੇ ਉਹਨਾਂ ਤੋਂ ਬਦਲੇ ਦੇ ਵਿੱਚ ਕੁਛ ਮੰਗਿਆ ਨਾ ਜਾਵੇ। ਇਹ ਮੁਹੱਬਤ ਖੁਦਾ ਦੀ ਮੁਹੱਬਤ ਹੈ। ਪਰ ਜਿਸ ਤਰ੍ਹਾਂ ਮੈਂ ਕਿਹਾ ਕਿ ਖੁਦਾ ਸਿਰਫ ਉਹਦੀ ਮੁਹੱਬਤ ਦਾ ਇਹ ਪਹਿਲੂ ਨਹੀਂ ਹੈ, ਇੱਕ ਉਹਦਾ ਅੰਗ ਨਹੀਂ ਹੈ, ਇਹ ਉਹਦਾ ਸਿਰਫ ਰੁੱਖ ਨਹੀਂ ਹੈ, ਬਲਕਿ ਖੁਦਾ ਤੇ ਸਰਾਸਰ ਮੁਹੱਬਤ ਹੈ। ਉਹ ਹੈ ਹੀ ਮੁਹੱਬਤ। ਪਰ ਫਿਰ ਵੀ ਜਦੋਂ ਸਾਡਾ ਮਜ਼ਮੂਨ ਇਹ ਵੇ ਇਲਾਹੀ ਮੁਹੱਬਤ, ਤੇ ਅਸੀਂ ਦਰ ਹਕੀਕਤ ਮੁਹੱਬਤ ਜਿਹੜੀ ਹੈ ਉਹਨੂੰ ਮੁਤਹਰਕ ਸੂਰਤ ਦੇ ਵਿੱਚ ਵੇਖਦੇ ਹਾਂ ਕਿ ਖੁਦਾ ਕਿਸ ਤਰ੍ਹਾਂ ਪਿਆਰ ਕਰਦਾ ਹੈ, ਉਹ ਮੁਹੱਬਤ ਕਰਦਾ ਕਿਸ ਤਰ੍ਹਾਂ ਹੈ, ਉਹਦੀ ਮੁਹੱਬਤ ਜਿਹੜੀ ਹੈ ਇਨਸਾਨਾਂ ਤੱਕ, ਦੁਨੀਆ ਦੀ ਮਖਲੂਕਾਤ ਤੱਕ ਕਿਸ ਤਰ੍ਹਾਂ ਪਹੁੰਚਦੀ, ਕਿਸ ਤਰ੍ਹਾਂ ਜ਼ਾਹਿਰ ਹੁੰਦੀ ਹੈ, ਉਹਨੂੰ ਕਿਸ ਤਰ੍ਹਾਂ ਪਹਿਚਾਨਿਆ ਜਾ ਸਕਦਾ ਹੈ, ਉਸ ਮੁਹੱਬਤ ਦੇ ਨਾਲ ਇਨਸਾਨਾਂ ਤੇ ਕਾਇਨਾਤ ਦੀਆਂ ਚੀਜ਼ਾਂ ਨੂੰ ਫਾਇਦਾ ਕੀ ਹੁੰਦਾ ਹੈ, ਹੁੰਦਾ ਕੀ ਹੈ। ਇਹ ਉਹਦੀ ਖੁਦਾ ਦੀ ਮੁਹੱਬਤ ਦੀਆਂ ਗੱਲਾਂ ਜਿਹੜੀਆਂ ਨੇ, ਖੁਦਾ ਦੀ ਮੁਹੱਬਤ ਦੇ ਜਿਹੜੇ ਰੁੱਖ ਤੇ ਪਹਿਲੂ ਤੇ ਅੰਗ ਨੇ, ਅਸੀਂ ਉਹਨਾਂ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰਦੇ ਹਾਂ। ਤੇ ਇਹਦੇ ਵਿੱਚ ਸਭ ਤੋਂ ਪਹਿਲੀ ਗੱਲ ਜਿਹੜੀ ਮੈਂ ਚਾਹੁੰਦਾ ਕਿ ਅਸੀਂ ਖੁਦਾਵੰਦ ਦੇ ਕਲਾਮ ਦੀ ਰੌਸ਼ਨੀ ਦੇ ਵਿੱਚ ਜਾਣੀਏ ਉਹ ਇਹ ਵੇ ਕਿ ਖੁਦਾ ਦੀ ਮੁਹੱਬਤ ਜਾਂ ਇਲਾਹੀ ਮੁਹੱਬਤ ਅਸੀਂ ਜਿਹਨੂੰ ਕਹਿੰਦੇ ਹਾਂ, ਇਹ ਤਖਲੀਕੀ ਮੁਹੱਬਤ ਹੈ। ਖਲਕ ਕਰਨ ਵਾਲੀ, ਪੈਦਾ ਕਰਨ ਵਾਲੀ, ਨਵੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਵਜੂਦ ਚ ਲਿਆਉਣ ਵਾਲੀ, ਨਵਾਂ ਬਣਾ ਦੇਣ ਵਾਲੀ ਜਿਹੜੀ ਚੀਜ਼ਾਂ ਨੇ, ਇਹ ਉਹ ਮੁਹੱਬਤ ਹੈ। ਮੁਹੱਬਤ ਜਿਹੜੀ ਹੈ ਇਹ ਆਪਣੀ ਫਿਤਰਤ ਦੇ ਇਤਬਾਰ ਦੇ ਨਾਲ ਹੀ, ਆਪਣੇ ਤਾਣੇ ਬਾਣੇ ਤੇ ਆਪਣੀ ਹਕੀਕਤ ਦੇ ਹਵਾਲੇ ਦੇ ਨਾਲ ਮੁਤਹਰਕ ਮੁਹੱਬਤ ਹੈ। ਪਿਆਰ ਕਦੀ ਬਿਲਕੁਲ ਛੱਪੜ ਵਾਂਗਰ ਠਹਿਰੇ ਪਾਣੀ ਵਰਗਾ ਕਦੀ ਨਹੀਂ ਹੋ ਸਕਦਾ। ਪਿਆਰ ਦਰਿਆਵਾਂ ਵਾਂਗਰ ਵਗਦਾ ਹੈ, ਨਹਿਰਾਂ ਵਾਂਗਰ ਚੱਲਦਾ ਹੈ, ਉਹਦੇ 'ਚ ਠਾਠਾਂ ਸਮੁੰਦਰਾਂ ਵਾਂਗਰ ਉੱਠਦੀਆਂ ਨੇ, ਉਹਦੇ 'ਚ ਲਹਿਰਾਂ ਉੱਠਦੀਆਂ ਨੇ, ਉਹਦੇ 'ਚ ਜ਼ਿੰਦਗੀ, ਉਹਦੇ 'ਚ ਤਹਿਰੀਕ ਪਾਈ ਜਾਂਦੀ ਹੈ। ਮੁਹੱਬਤ ਕਦੀ ਵੀ ਮੁੰਜਮਿਦ ਜੰਮੀ ਹੋਈ ਹੋ ਨਹੀਂ ਸਕਦੀ। ਪਿਆਰ ਹੋਵੇ ਤੇ ਜ਼ਾਹਿਰ ਨਾ ਹੋਵੇ ਸਵਾਲ ਹੀ ਪੈਦਾ ਨਹੀਂ ਹੁੰਦਾ। ਅਗਰ ਪਿਆਰ ਹੈ ਤੇ ਪਿਆਰ ਜ਼ਾਹਿਰ ਹੋ ਜਾਏਗਾ। ਇਸ ਲਈ ਤੇ ਖੁਦਾ ਜਦੋਂ ਹੈ ਤੇ ਖੁਦਾ ਜ਼ਾਹਿਰ ਹੋ ਗਿਆ। ਉਹ ਮੁਹੱਬਤ ਛੁਪੀ ਰਹਿ ਨਹੀਂ ਸਕਦੀ,
ਕਈ ਦਫਾ ਲੋਕ ਕਹਿੰਦੇ ਨੇ ਜੀ ਮੈਨੂੰ ਬੜੀ ਛੁਪੀ ਮੁਹੱਬਤ ਹੈ ਫਲਾਣੇ ਫਲਾਣੇ ਨਾਲ। ਇਹ ਛੁਪੀ ਮੁਹੱਬਤ ਕੋਈ ਨਹੀਂ ਹੁੰਦੀ, ਜੇ ਮੁਹੱਬਤ ਹੈ ਤੇ ਛੁਪ ਕੇ ਰਹਿ ਨਹੀਂ ਸਕਦੀ, ਜੰਮ ਕੇ ਰਹਿ ਨਹੀਂ ਸਕਦੀ। ਮੁਹੱਬਤ ਹਰ ਵੇਲੇ ਹਮੇਸ਼ਾ ਮੁਤਹਰਕ ਏ, ਉਹਦੇ ਵਿੱਚ ਜ਼ਿੰਦਗੀ ਏ, ਉਹ ਚੱਲਦੀ ਫਿਰਦੀ ਉੱਠਦੀ ਔਰ ਨਜ਼ਰ ਆਉਂਦੀ ਏ। ਮੁਹੱਬਤ ਨੂੰ ਅਸੀਂ ਆਮ ਤੌਰ 'ਤੇ ਜਿਹੜਾ ਹੈ ਇੱਕ ਜਜ਼ਬੇ ਦੇ ਤੌਰ 'ਤੇ ਜਾਣਦੇ ਹਾਂ, ਇੱਕ ਅਹਿਸਾਸ ਦੇ ਤੌਰ 'ਤੇ ਉਹ ਸਾਡੇ ਸਾਹਮਣੇ ਆਉਂਦੀ ਏ। ਇਹ ਪਰ ਦਰ ਹਕੀਕਤ ਮੁਹੱਬਤ ਦੇ ਲਈ ਕਈ ਦਫ਼ਾ ਅੰਗਰੇਜ਼ੀ ਦਾ ਲਫ਼ਜ਼ ਇਸਤੇਮਾਲ ਕੀਤਾ ਜਾਂਦਾ ਪੰਜਾਬੀ ਦੀ ਮੀਟਿੰਗ ਹੈ, ਲੇਕਿਨ ਤੁਹਾਨੂੰ ਸਮਝਾਉਣ ਦੇ ਲਈ ਉਹਨੂੰ ਇਮੋਸ਼ਨ ਆਖਿਆ ਜਾਂਦਾ। ਪਰ ਇਮੋਸ਼ਨ ਜਿਹੜਾ ਦਰ ਹਕੀਕਤ ਉਹ ਇਹ ਇਨ ਮੋਸ਼ਨ, ਜਦੋਂ ਕੋਈ ਅੰਦਰ ਸਾਡੇ ਤਹਿਰੀਕ ਉੱਠਦੀ ਹੈ, ਦਿਲ ਧੜਕਦਾ ਅੰਦਰ 'ਚ ਜਦੋਂ ਵਲਵਲਾ ਉੱਠਦਾ ਤੇ ਉਹਨੂੰ ਅਸੀਂ ਮੁਹੱਬਤ ਕਹਿੰਦੇ ਹਾਂ, ਜਜ਼ਬਾ ਕਹਿੰਦੇ ਹਾਂ, ਉਹਨੂੰ ਅਸੀਂ ਇਮੋਸ਼ਨ ਕਹਿੰਦੇ ਹਾਂ। ਇਹ ਖੂਬਸੂਰਤ ਇੱਕ ਖਿਆਲ ਹੈ ਤੇ ਜਦੋਂ ਅੰਦਰ ਇਹ ਜਜ਼ਬਾ ਉੱਠਦਾ ਹੈ, ਉਹਦੇ ਨਾਲ ਦਿਲ ਦੇ ਵਿੱਚ ਧੜਕਣ ਉੱਠਦੀ ਹੈ, ਤਹਿਰੀਕ ਉੱਠਦੀ ਹੈ ਤੇ ਫਿਰ ਉਹ ਬਾਹਰ ਜ਼ਾਹਿਰ ਹੋ ਜਾਂਦੀ ਹੈ, ਉਹ ਬਾਹਰ ਨਜ਼ਰ ਆਉਣਾ ਸ਼ੁਰੂ ਹੋ ਜਾਂਦੀ ਹੈ। ਇਹ ਬਹੁਤ ਹੀ ਤਾਕਤਵਰ ਤਹਿਰੀਕ ਹੈ ਇਨਸਾਨ ਦੇ ਬਾਤਨ ਦੇ ਅੰਦਰ, ਜਿਹੜੀ ਆਪਣੇ 'ਚੋਂ ਬਾਹਰ ਨਿਕਲ ਕੇ ਦੂਜਿਆਂ ਤੱਕ ਪਹੁੰਚਦੀ ਏ ਔਰ ਦੂਜਿਆਂ ਨੂੰ ਮੁਤਾਸਰ ਕਰਦੀ ਏ ਆਪਣੀ ਚਾਹਤ ਦੇ ਨਾਲ, ਆਪਣੀ ਭਲਾਈ ਦੇ ਕੰਮਾਂ ਦੇ ਨਾਲ, ਆਪਣੇ ਉਹਨਾਂ ਦੀ ਬਿਹਤਰੀ ਚਾਹੁੰਦ ਦੇ ਨਾਲ। ਮੁਹੱਬਤ ਜਿਹੜੀ ਏ ਜਿਹਦੇ ਨਾਲ ਪਿਆਰ ਕੀਤਾ ਜਾਂਦਾ ਹੈ, ਜਿਹਦੇ ਨਾਲ ਮੁਹੱਬਤ ਕੀਤੀ ਜਾਂਦੀ, ਉਹਦੀ ਆਲਾ ਤਰੀਨ ਭਲਾਈ ਦਾ ਨਾਂ ਮੁਹੱਬਤ ਹੈ। ਉਹਦੇ ਲਈ ਸਭ ਤੋਂ ਬਿਹਤਰੀਨ ਚਾਹਨਾ, ਉਹਦੀ ਜ਼ਿੰਦਗੀ, ਉਹਦੀ ਖੁਸ਼ੀ ਆਲਾ ਤਰੀਨ ਦਰਜੇ 'ਤੇ ਜਾ ਕੇ ਮੰਗਣਾ ਅਤੇ ਚਾਹਨਾ, ਉਹਦਾ ਨਾਂ ਮੁਹੱਬਤ ਹੈ। ਖੁਦਾ ਦਾ ਕਲਾਮ ਸਾਨੂੰ ਦੱਸਦਾ ਕਿ ਕਿਸ ਤਰ੍ਹਾਂ ਖੁਦਾ ਜਿਹੜਾ ਹੈ ਉਹਦੇ ਵਿੱਚ ਮਹਿਜ਼ ਇਹ ਲਿਆਕਤ ਨਹੀਂ ਕਿ ਉਹ ਲੋਕਾਂ ਦੇ ਤੱਕ ਪਹੁੰਚਦਾ, ਲੋਕਾਂ ਦਾ ਪਿਆਰ ਕਰਦਾ, ਬਲਕਿ ਖੁਦਾ ਦਾ ਕਲਾਮ ਇਹ ਦੱਸਦਾ ਕਿ ਖੁਦਾ ਸਰਾਸਰ ਮੁਹੱਬਤ ਹੋਣ ਦੇ ਨਾਤੇ ਉਹ ਹਮੇਸ਼ਾ ਇਸੇ ਤਰ੍ਹਾਂ ਸੋਚਾਂ ਰੱਖਦਾ, ਇਸੇ ਤਰ੍ਹਾਂ ਖਿਆਲ ਰੱਖਦਾ। ਖੁਦਾ ਮੁਹੱਬਤ ਜਦੋਂ ਅਸੀਂ ਕਹਿੰਦੇ ਹਾਂ ਤਾਂ ਸਾਨੂੰ ਯਾਦ ਰੱਖਣਾ ਚਾਹੀਦਾ ਕਿ ਖੁਦਾ ਅਜ਼ਲੀ ਮੁਹੱਬਤ ਹੈ। ਉਹ ਐਸੀ ਮੁਹੱਬਤ ਨਹੀਂ ਜਿਹੜੀ ਕਿਸੇ ਮੌਕੇ 'ਤੇ, ਕਿਸੇ ਵਕਤ 'ਤੇ ਕਿਸੇ ਚੀਜ਼ ਨੂੰ ਵੇਖ ਕੇ ਦਿਲ ਦੇ ਵਿੱਚ ਪੈਦਾ ਹੋ ਗਈ, ਬਲਕਿ ਉਹ ਅਜ਼ਲ ਤੋਂ ਹਮੇਸ਼ਾ ਤੋਂ, ਜਦੋਂ ਕੋਈ ਚੀਜ਼ ਮੌਜੂਦ ਨਹੀਂ ਸੀ ਉਹ ਉਦੋਂ ਤੋਂ ਮੁਹੱਬਤ ਹੈ। ਮੁਹੱਬਤ ਜਿਹੜੀ ਹੈ ਇਹਦਾ ਦੂਸਰਾ ਅੰਗ, ਦੂਸਰਾ ਪਹਿਲੂ ਇਹ ਵੇ ਕਿ ਮੁਹੱਬਤ ਹਮੇਸ਼ਾ ਤਾਲੁਕ ਕਾਇਮ ਕਰਦੀ ਹੈ। ਇਹ ਰਿਸ਼ਤਿਆਂ ਦਾ ਨਾਂ ਹੈ, ਇਹ ਤਾਲੁਕਾਤ ਦਾ ਨਾਂ ਹੈ। ਮੁਹੱਬਤ ਜਿਹੜੀ ਉਹ ਕਦੀ ਵੀ ਇਕੱਲੀ ਵਜੂਦ ਦੇ ਵਿੱਚ ਨਹੀਂ ਆ ਸਕਦੀ, ਹਮੇਸ਼ਾ ਪਿਆਰ ਹੋਣ ਦੇ ਲਈ ਜਾਂ ਪਿਆਰ ਮੌਜੂਦ ਹੋਣ ਦੇ ਲਈ ਕਮ ਅਜ਼ ਕਮ ਦੋ ਲੋਕਾਂ ਦਾ ਹੋਣਾ ਜ਼ਰੂਰੀ ਹੈ। ਤਨਹਾ ਕਦੀ ਮੁਹੱਬਤ ਨਹੀਂ ਕਰ ਸਕਦਾ, ਨਾ ਆਪਣੇ ਆਪ ਦੇ ਨਾਲ ਅਤੇ ਨਾ ਕਿਸੇ ਦੂਜੇ ਦੇ ਨਾਲ ਤਨਹਾ ਮੁਹੱਬਤ ਕਰ ਸਕਦਾ। ਇਸ ਲਈ ਤੁਸੀਂ ਵੇਖੋਗੇ ਕਿ ਦੁਨੀਆਂ ਦੇ ਵਿੱਚ ਸਭ ਤੋਂ ਜ਼ਿਆਦਾ ਮੁਸ਼ਕਲ ਕਦੋਂ ਹੁੰਦੀ ਹੈ, ਜਦੋਂ ਕੋਈ ਸ਼ਖਸ ਇਕੱਲਾ ਰਹਿ ਜਾਂਦਾ ਹੈ। ਇਹਨਾਂ ਚੀਜ਼ਾਂ ਨੂੰ ਉਹ ਲੋਕ ਸਮਝ ਸਕਦੇ ਨੇ ਜਿਨ੍ਹਾਂ ਨੂੰ ਕਦੀ ਤਨਹਾਈ ਦੇ ਵਿੱਚੋਂ ਗੁਜ਼ਰਨਾ ਪੈਂਦਾ, ਜਿਨ੍ਹਾਂ ਦੇ ਕਦੀ ਜੀਵਨ ਸਾਥੀ, ਜਿਨ੍ਹਾਂ ਨਾਲ ਉਹਨਾਂ ਬੜੀ ਉਮਰ ਗੁਜ਼ਾਰੀ ਹੋਵੇ, ਜਦੋਂ ਉਹ ਉਹਨਾਂ ਨੂੰ ਛੱਡ ਕੇ ਚਲੇ ਜਾਣ, ਜਾਂ ਜਦੋਂ ਕਿਸੇ ਨੂੰ ਖੁਦਾ ਨਖਾਸਤਾ ਉਹਨਾਂ ਦੀਆਂ ਸ਼ਾਦੀਆਂ ਵਿਆਹ ਟੁੱਟ ਜਾਣ, ਤੇ ਉਹ ਤਨਹਾਈ ਦੇ ਵਿੱਚੋਂ ਲੰਘਦੇ ਹੋਏ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਇਹ ਤਨਹਾਈ ਕਿਸ ਕਦਰ ਜ਼ਾਲਮ ਹੈ, ਕਿਉਂਕਿ ਤਨਹਾ ਜਿਹੜਾ ਹੈ ਉਹ ਕਦੀ ਮੁਹੱਬਤ ਨੂੰ ਨਹੀਂ ਜਾਣਦਾ ਨਾ ਸਮਝ ਸਕਦਾ। ਇਸ ਲਈ ਖੁਦਾ ਦਾ ਕਲਾਮ ਸਾਨੂੰ ਦੱਸਦਾ ਹੈ ਕਿ ਖੁਦਾ ਜਦੋਂ ਮੁਹੱਬਤ ਹੈ ਤੇ ਉਹ ਇਬਤਦਾ ਤੋਂ ਹੀ ਮੁਹੱਬਤ ਹੈ, ਔਰ ਖੁਦਾ ਹੈ ਵੀ ਇਕੱਲਾ, ਉਹ ਵਾਹਿਦ ਖੁਦਾ ਹੈ। ਖੁਦਾ ਦਾ ਕਲਾਮ ਸਾਨੂੰ ਦੱਸਦਾ ਹੈ ਕੋਈ ਦੂਜਾ ਖੁਦਾ ਨਹੀਂ, ਤੇ ਫਿਰ ਖੁਦਾ ਕਦੋਂ ਤੇ ਕਿਸ ਤਰ੍ਹਾਂ ਪਿਆਰ ਕਰਦਾ ਹੋਵੇਗਾ। ਦੁਨੀਆਂ 'ਚ ਸਭ ਤੋਂ ਵੱਡਾ ਰਾਸ ਬਾਈਬਲ ਮੁਕੱਦਸ ਸਾਡੇ ਸਾਹਮਣੇ ਖੋਲਦੀ ਹੈ,
کہ خدا گرچہ واحد ہے خدا گرچہ اکو ہی خدا ہے اور وہ خدا محبت بھی ہے کہ وہ کی کردہ ہے وہ ابتدا تو ہی باپ بیٹے تو روح القدس دے طور تھے وہ خدا ہے اور اس لئے باپ عزل تو بیٹے نال پیار کردہ ہے بیٹا عزل تو باپ نال پیار کردہ ہے اور انہا دوہاں دی جیڑی باہمی محبت ہے انہوں اسی خدا دے پاک روح دے نال دنال جاننے یہ خدا دی حقیقت بائبل مقدس بیان کر دیئے پر ایسے چیز نو خدا وندہ کلام بیان کردہ ہے کہ جدو خدا نے مخلوقات نو پیدا کرنا چاہیا جدو خدا نے تخلیق دا کم شروع کرنا سی تے خدا نے سب کچھ کس طرح بنایا محبت نال بنایا ہے دنیا دی کوئی چیز ایسی نہیں خدا نے بنائی جیڑی خدا نے محبت نال نہ بنائی ہوئے کیونکہ خدا خالق ہے خدا دی محبت خالق محبت ہے او پیدا کرنے والی محبت ہے انہیں جو کچھ پیدا کیتا کس طرح پیدا کیتا محبت نال پیدا کیتا ہے اس لئے اسی دنیا دے وچ وینے ہاں کہ ہر ایک چیز دا دوجی چیز دے نال ربط ہے ہر ایک چیز دا دوجی چیز دے نال تعلق ہے خدا نے ہر چیز نوں ایک دوجی چیز دے نال جوڑ کے رکھیا ہویا ہے اور سب تو وڈی مخلوق دنیا دے وچ جدو خدا نے پیدا کی تھی تے سب تو وڈی مخلوق خدا نے کون کیڑی پیدا کی تھی ڈائنوسار نہیں ہاتھی نہیں ہے نا اسی ویکھنے آ کہ سب تو وڈی مخلوق کیڑی ہے ہاتھی تے او مخلوقات جیڑیاں ہاتھیاں نالوں وڈے سن کروڑاں سال پہلے آندے نے مر گئیاں شاید نوح دے طوفان دے وچ مر گئے بڑے بڑے وڈے جانور سن یا سمندر دیاں ویل جیہاں مچھیاں جیڑیاں بہت وڈیاں نے خدا نے او نہیں سب تو وڈی مخلوق جیڑی خدا نے پیدا کی تھی او کی ہے او انسان ہے انسان ہے جنہوں فرشتیاں تو بھی خدا نے کی کیتا وڈا پیدا کیتا ہے کیونکہ خدا نے کدی نہیں کیا کیا ہو اسی فرشتیاں نو اپنی صورت تے اپنی شبیہ دے وانگر بنائی ہے خدا نے فرشتیاں نو اپنی صورت تے پیدا نہیں کیتا پر مینوں تے تہانوں تے ساڈے پہلے ماں تے باپ نو خدا نے کس طرح پیدا کیتا سی اپنی صورت تے اپنی شبیہ دی ماند اور وہ صورت تے شبیہ خدا دی کی سی یہ دیتے بڑے لمیاں چوڑیاں عالم لوگ جڑے نے وہ بحثاں کر دے نے اسی بڑے جڑے نے وہ خیال پیش کر سکنے ہاں پر وہ نچوڑ اے وے کہ خدا نے انسان نو جدو پیدا کیتا اپنی صورت تے پیدا کیتا کہ انہیں انسان نو اپنے ورگا محبت کرنے والا پیدا کیتا خدا نے انسان دے وچ اے طاقت رکھ کے اے وصف رکھ کے اے صفتاں پیدا کر کے کیوں محبت کر سکے انسانیت نو خدا نے اینا خوبیاں دے نال پیدا کیتا کہ وہ محبت کر سکے کیوں جو وہ انسان خدا دی صورت تے پیدا کیتا گیا ہے پر آدم نو جدوں خدا نے پیدا کیتا تے آدم کلا سی ہر چیز پیدا کرنے کے بعد کیونکہ جو خدا نے ہر چیز محبت نہ پیدا کیتی سی خدا اعلان کردا سی اچھا ہے ہر چیز پیدا کرنے تو بعد خدا نے کیا خوب ہے اچھا ہے اسی جڑی چیز نال محبت کرنے کہنے ہیں نا بہت اچھی ہے کی خیال ہے وہ اس لیے دے بھائی ساڈی جڑیاں داستاناں نے او دے وچ کہندے نے کہ مجنو جڑا لیلا دی کتی نال بھی بڑا پیار کردا سی کتی بھی پسند سی جڑیاں چیزاں جڑیاں نے وہ سانو چنگیاں لگ دیا ہیں اسی انہوں نے کہنے ہاں کہ بہت خوب نے چنگیاں نے خدا نے ہر ایک چیز پیدا کرنے تو بعد کیونکہ خدا محبت کر دیا مخلوقات دنال محبت نہ پیدا کی تھی پر پہلی چیز جتھے خدا نے یہ کہہ دیتا اچھا نہیں وہ کی سی آدم دا کلا رہنا خدا نے کہہ دیتا اچھا نہیں کیوں اچھا نہیں سی آدم دا کلا رہنا تو آنو میں پہلے تھوڑا جا کری دے دی سی
ਇਸ ਲਈ ਅੱਛਾ ਨਹੀਂ ਕਿਉਂਕਿ ਕੱਲਾ ਆਦਮ ਪਿਆਰ ਨੂੰ ਨਹੀਂ ਸੀ ਜਾਣ ਸਕਦਾ, ਕੱਲਾ ਆਦਮ ਪਿਆਰ ਕਰ ਨਹੀਂ ਸਕਦਾ, ਨਾ ਆਪਣੇ ਆਪ ਨਾਲ ਨਾ ਕਿਸੇ ਹੋਰ ਨਾਲ ਪਿਆਰ ਨਹੀਂ ਸੀ ਕਰ ਸਕਦਾ। ਖੁਦਾ ਦਾ ਉਹ ਜਿਹੜਾ ਸੂਰਤ ਸੀ, ਖੁਦਾ ਦੀ ਸ਼ਬੀ ਸੀ, ਖੁਦਾ ਦਾ ਜਿਹੜਾ ਜਲਾਲ ਸੀ ਉਹਨੂੰ ਜ਼ਾਹਿਰ ਨਹੀਂ ਸੀ ਕਰ ਸਕਦਾ। ਇਸ ਲਈ ਖੁਦਾ ਨੇ ਉਹਦੇ ਨਾਲ ਔਰਤ ਪੈਦਾ ਕਰ ਦਿੱਤੀ। ਆਦਮ ਦਾ ਇਕੱਲਾ ਰਹਿਣਾ ਅੱਛਾ ਨਹੀਂ, ਆਦਮ ਨੂੰ ਔਰਤ ਮਦਦਗਾਰ ਕਿਆ ਪੈਦਾ ਕੀਤੀ ਤਾਂ ਜੋ ਉਹ ਖੁਦਾ ਦੀ ਮੁਹੱਬਤ ਨੂੰ ਜ਼ਾਹਿਰ ਕਰ ਸਕਣ। ਉਹ ਜਦੋਂ ਦੋ ਹੋ ਗਏ ਉਹ ਇੱਕ ਦੂਜੇ ਨਾਲ ਪਿਆਰ ਕਰ ਸਕਦੇ ਸਨ, ਉਹ ਖੁਦਾ ਦੀ ਮੁਹੱਬਤ ਨੂੰ ਜਾਣ ਤੇ ਸਮਝ ਸਕਦੇ ਸਨ। ਔਰ ਉਸੇ ਤਰ੍ਹਾਂ ਜਿਸ ਤਰ੍ਹਾਂ ਖੁਦਾ ਬਾਪ ਤੇ ਬੇਟਾ ਰੂਹਾਨੀ ਤੌਰ ਤੇ ਇੱਕ ਦੂਜੇ ਨਾਲ ਪਿਆਰ ਕਰਦੇ ਤੇ ਉਹਨਾਂ ਦੇ ਬਾਹਮੀ ਪਿਆਰ ਦੀ ਸੂਰਤ ਰੂਹ ਕੁਦਸ ਦੇ ਤੌਰ ਤੇ ਆਈ, ਉਹਨੇ ਆਪਣੇ ਜੌਹਰ ਦੇ ਨਾਲ ਆਪਣੀ ਅਲੂਹੀਅਤ ਦੇ ਵਿੱਚੋਂ ਬੇਟਾ ਪੈਦਾ ਕੀਤਾ। ਉਸੇ ਤਰ੍ਹਾਂ ਹੀ ਆਦਮ ਤੇ ਹਵਾ ਜਿਹੜੇ ਨੇ ਉਹਨਾਂ ਆਪਣੀ ਜਿਹੜਾ ਜੌਹਰ ਹੈ ਆਪਣੀ ਇਨਸਾਨੀਅਤ ਤੋਂ ਅੱਗੇ ਇਨਸਾਨ ਪੈਦਾ ਕੀਤਾ। ਇਹ ਮੁਹੱਬਤ ਖੁਦਾ ਨੇ ਤਖਲੀਕ ਕੀਤੀ ਹੈ, ਪੈਦਾ ਕੀਤੀ ਹੈ। ਇਸ ਲਈ ਦੁਨੀਆਂ ਦੀ ਸਭ ਤੋਂ ਵੱਡੀ ਹਕੀਕਤ, ਦੁਨੀਆਂ ਦੀ ਸਭ ਤੋਂ ਵੱਡੀ ਕੁਦਰਤ ਜਿਹੜੀ ਹੈ ਉਹ ਬਾਈਬਲ ਮੁਕੱਦਸ ਜ਼ਾਹਿਰ ਕਰਦੀ ਹੈ ਕਿ ਖੁਦਾ ਮੁਹੱਬਤ ਹੈ ਤੇ ਖੁਦਾ ਦੀ ਮੁਹੱਬਤ ਜਿਹੜੀ ਹੈ ਉਹ ਤਖਲੀਕੀ ਮੁਹੱਬਤ ਹੈ। ਪਰ ਜਦੋਂ ਅਸੀਂ ਤਖਲੀਕੀ ਮੁਹੱਬਤ ਦੀ ਗੱਲ ਕਰਦੇ ਹਾਂ ਤੇ ਇਹਦੇ ਵਿੱਚ ਖੁਦਾ ਨੂੰ ਬਹੁਤ ਕੁਛ ਹੋਰ ਵੀ ਕਰਨਾ ਪੈਂਦਾ। ਬਾਈਬਲ ਮੁਕੱਦਸ ਤੋਂ ਅਸੀਂ ਜਾਣਦੇ ਹਾਂ, ਕੁਝ ਹੋਰ ਫਲਸਫੇ ਤੇ ਮਤਲਬ ਵੀ ਇਸ ਗੱਲ ਨੂੰ ਮੰਨਦੇ ਨੇ ਕਿ ਖੁਦਾ ਨੇ ਆਪਣੇ ਕਲਾਮ ਦੇ ਨਾਲ ਦੁਨੀਆਂ ਨੂੰ ਪੈਦਾ ਕੀਤਾ ਹੈ। ਖੁਦਾ ਨੇ ਕੀ ਕਿਹਾ? ਆਪਣੇ ਕਲਮੇ ਦੇ ਨਾਲ ਫਰਮਾਇਆ ਕਿ ਹੋ ਜਾ, ਹੋ ਗਿਆ। ਆਮ ਤੌਰ ਤੇ ਸਾਡੇ ਲੋਕ ਕਹਿੰਦੇ ਨੇ ਕਿ ਖੁਦਾ ਨੇ ਕਿਹਾ ਕੁਨ। ਕਦੀ ਤੁਸੀਂ ਇੱਕ ਕਵਾਲੀ ਵੀ ਸੁਣਦੇ ਹੋ ਨਾ, ਫਾਇਆ ਕੁਨ ਫਾਇਆ ਕੁਨ, ਕੁਝ ਲੋਕ ਗਾਉਂਦੇ ਰਹਿੰਦੇ ਨੇ ਹਰ ਵੇਲੇ। ਉਹ ਕਿੱਥੋਂ ਆਉਂਦੀ ਹੈ? ਗਾਣਾ ਇਹ ਕਈ ਦਿਨ ਸੁਣਿਆ ਹੋਵੇਗਾ। ਕਿਸੇ ਨੇ ਇਹ ਗੱਲ ਕਹਿ ਦਿੱਤੀ ਕਿ ਇਹ ਕਾਇਨਾਤ ਜਿਹੜੀ ਹੈ, ਇਹ ਕਾਇਨਾਤ ਅਭੀ ਨਾ ਤਮਾਮ ਹੈ ਸ਼ਾਇਦ, ਕਿ ਆ ਰਹੀ ਹੈ ਦਮਾ ਦਮ ਸਦਾਏ ਕੁਨ ਫਾਇਆ ਕੁਨ, ਹੈ ਨਾ। ਅਜੇ ਤੱਕ ਸਦਾ ਅੰਡਈ ਹੈ ਕੁਨ ਫਾਇਆ ਕੁਨ, ਸ਼ਾਇਦ ਇਹ ਪਤਾ ਨਹੀਂ ਕੌਣ ਸੁਣ ਰਿਹਾ ਕੁਨ ਫਾਇਆ ਕੁਨ। ਲੇਕਿਨ ਖੁਦਾ ਨੇ ਕੀ ਕੀਤਾ? ਆਪਣੇ ਕਲਮੇ ਦੇ ਨਾਲ, ਆਪਣੀ ਕੁਦਰਤ ਦੇ ਕਲਾਮ ਦੇ ਨਾਲ ਸਭ ਚੀਜ਼ਾਂ ਖਲਕ ਤੇ ਕੀਤੀਆਂ, ਸਾਨੂੰ ਪਤਾ ਹੈ। ਪਰ ਖੁਦਾ ਨੇ ਹੋਰ ਕੀ ਕੀਤਾ? ਖੁਦਾ ਲਾ ਮਹਿਦੂਦ ਖੁਦਾ ਹੈ, ਖੁਦਾ ਦੇ ਵਜੂਦ ਲਾ ਮਹਿਦੂਦ ਵਜੂਦ ਦੇ ਨਾਲ ਕਿਸੇ ਲਈ ਹੋਰ ਕੋਈ ਥਾਂ ਨਹੀਂ ਬਚਦੇ। ਖੁਦਾ ਨੇ ਇਸ ਲਈ ਕਿ ਦੁਨੀਆਂ ਦੀਆਂ ਮਖਲੂਕਾਤ ਪੈਦਾ ਕਰ ਸਕੇ, ਦੁਨੀਆਂ ਦੀਆਂ ਮਖਲੂਕਾਤ ਜਿਹੜੀਆਂ ਨੇ ਉਹਨਾਂ ਨੂੰ ਜਗ੍ਹਾ ਮਿਲ ਸਕੇ, ਖੁਦਾ ਨੇ ਆਪਣੇ ਆਪ ਨੂੰ ਸਮੇਟਿਆ ਹੈ। ਖੁਦਾ ਨੇ ਚੀਜ਼ਾਂ ਦੇ ਲਈ ਜਗ੍ਹਾ ਪੈਦਾ ਕੀਤੀ ਹੈ, ਜਗ੍ਹਾ ਬਣਾਈ ਹੈ, ਤਾਂ ਕਿ ਦੂਸਰੀਆਂ ਮਖਲੂਕਾਤ ਜਿਹੜੀਆਂ ਨੇ ਉਹ ਪੈਦਾ ਹੋਣ ਤੇ ਉਹ ਕਾਇਮ ਰਹਿ ਸਕਣ, ਉਹ ਆਪਣੀ ਜ਼ਿੰਦਗੀ ਗੁਜ਼ਾਰ ਸਕਣ। ਇਹ ਖੁਦਾ ਦੀ ਤਖਲੀਕੀ ਮੁਹੱਬਤ ਜਗ੍ਹਾ ਪੈਦਾ ਕਰਦੀ ਹੈ ਦੂਜਿਆਂ ਲਈ, ਕਿ ਸਿਰਫ ਖੁਦਾ ਹੀ ਮੌਜੂਦ ਨਾ ਰਵੇ, ਸਿਰਫ ਖੁਦਾ ਹੀ ਜ਼ਿੰਦਾ ਨਾ ਰਵੇ, ਉਹ ਆਪਣੀ ਜ਼ਿੰਦਗੀ ਦੂਜਿਆਂ ਦੇ ਨਾਲ ਵੰਡਦਾ, ਉਹ ਦੂਜਿਆਂ ਨੂੰ ਜ਼ਿੰਦਗੀ ਦਿੰਦਾ, ਉਹ ਦੂਜਿਆਂ ਲਈ ਥਾਂ ਬਣਾਉਂਦਾ, ਤਾਂ ਕਿ ਦੂਸਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਵੀ ਵਜੂਦ 'ਚ ਆ ਸਕਣ, ਕਾਇਮ ਰਹਿ ਸਕਣ, ਉਹਨਾਂ ਨੂੰ ਜ਼ਿੰਦਗੀ ਮਿਲੇ, ਉਹ ਖੁਦਾ ਦੀ ਦਿੱਤੀ ਹੋਈ ਜ਼ਿੰਦਗੀ ਜਿਹੜੀ ਹੈ ਉਹਦੇ ਤੋਂ ਲੁਤਫ ਅੰਦੋਜ਼ ਹੋ ਸਕਣ। ਖੁਦਾ ਦੀ ਮੁਹੱਬਤ ਬੜੀ ਖੂਬਸੂਰਤ ਮੁਹੱਬਤ ਹੈ, ਇਹ ਤਖਲੀਕੀ ਮੁਹੱਬਤ ਜਿਹੜੀ ਹੈ। ਖੁਦਾ ਆਪਣੀ ਜਗ੍ਹਾ ਜਿਹੜੀ, ਆਪਣੀ ਥਾਂ ਜਿਹੜੀ ਹੈ ਉਹਨੂੰ ਦੂਜਿਆਂ ਦੇ ਨਾਲ ਵੰਡਦਾ ਹੈ। ਇਹ ਬਹੁਤ ਹੀ ਖੂਬਸੂਰਤ ਖੁਦਾ ਦਾ ਕਲਾਮ ਹੈ। ਖੁਦਾ ਨੇ ਸਾਨੂੰ ਜਗ੍ਹਾ ਦਿੱਤੀ ਹੈ ਤਾਂ ਜੋ ਸਾਡਾ ਵਜੂਦ ਹੋਵੇ, ਅਸੀਂ ਕਾਇਮ ਰਹੀਏ, ਅਸੀਂ ਖੁਦਾ ਦੀ ਜ਼ਿੰਦਗੀ ਤੋਂ ਲੁਤਫ ਅੰਦੋਜ਼ ਹੋਈਏ, ਖੁਦਾ ਦੇ ਨਾਲ ਜ਼ਿੰਦਗੀ ਬਸਰ ਕਰ ਸਕੀਏ। ਔਰ ਖੁਦਾ ਤਕਾਜ਼ਾ ਕਰਦਾ ਹੈ ਕਿ ਅਸੀਂ ਜਿਹੜੇ ਖੁਦਾ ਦੇ ਲੋਕ ਹਾਂ, ਅਸੀਂ ਵੀ ਐਸੀ ਮੁਹੱਬਤ ਜਿਹੜੀ ਹੈ ਉਹਦਾ ਮੁਜ਼ਾਹਰਾ ਕਰੀਏ, ਔਰ ਅਸੀਂ ਲੋਕਾਂ ਲਈ ਜਗ੍ਹਾ ਬਣਾਈਏ, ਤਾਂ ਕਿ ਬਾਕੀ ਦੇ ਲੋਕ ਅਤੇ ਦੂਸਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਵੀ
وجود پان تے قائم رہ سکن. خدا جڑا ہے اودی محبت زندگی دین والی محبت ہے, وجود دین والی محبت ہے, دوجیاں لئی تھاں بنان والی محبت ہے. اور اے محبت جڑی ہے وہ خداوند دا کلام ساڈے سامنے لے کے آندا ہے. دوسری گل جڑی سانو یاد رکھن دی ہے وہ اے کہ خدا دا خدا دی محبت جڑی ہے وہ نہ صرف لوکاں نوں یا مخلوقات نوں پیدا ہی کر دیئے, انہاں نوں وجود دیندی ہے, زندگی دیندی ہے, بلکہ انہاں نوں قائم بھی رکھ دی ہے. محبت یہ محبت خدا دی قائم رکھ دی چیزاں نوں. خداوند دا کلام سانو اے سکھاندا ہے کہ خدا جڑا ہے وہ فضل نال بھریا ہوا ہے. خدا دے فضل تو بغیر کوئی شے زندہ نہیں رہ سکتی. مینو یاد ہے کہ ساڈے ایک مستری صاحب ہوندے ہن, ساڈا گھر بنا رہے سن, تے اس مستری دا نام سی فضل. وہ جدوں ساڈا گھر بن رہا سی تے برسات دا موسم بھی سی, اسی طرح ساون بھادروں دا موسم سی, تے گھر بن دے دوران کئی مرتبہ بدل چڑھے, کئی مرتبہ میہ پینا, تے او جدوں بدل چڑھنے میہ والا حساب لگنا تے اس مستری صاحب نے کہن لگ پینا خدایا فضل تے رحم کر, خدایا فضل تے رحم کر. اے چھوٹے چھوٹے ہوندے جی کہنا مستری صاحب اپنے لئی دعا منگی جاندے ہو, پر گل اے کہ خدا دے فضل تے رحم تو بغیر کوئی چیز واقعی قائم نہیں رہ سکتی, زندہ نہیں رہ سکتی. خدا دا فضل ہے کہ نہ صرف وہ اچھے تے پلے تے چنگے لوکاں نوں زندہ رہن دیندا ہے, پر خدا دا عام فضل وہ دے تو بغیر کوئی زندہ نہیں رہ سکتا. وہ بریاں لوکاں نوں بھی دوجیاں نوں بھی جڑے بدکار نے زندہ رہن دا فضل دے دیندا ہے. خدا دا جڑا فضل ہے وہ دا خاص نشانہ نے کچھ لوگ, خدا دا خاص فضل ہے, بائبل مقدس دستی ہے کمزوراں دے لئی. خدا دا خاص فضل ہے جڑے انتہائی غریب نے جنہاں دا کوئی سہارا نہیں. خدا دا خاص فضل ہے بیواواں تے یتیماں دے لئی. خدا دا خاص فضل ہے انہاں لوکاں دے لئی جڑے یسوع مسیح دے وسیلے تے خدا باپ تے ایمان لیاندے نے. خدا دا خاص فضل ہے انہاں لوکاں لئی. پر خدا دا عام فضل پوری دنیا دے لئی ہے, انہاں دے لئی بھی ہے جڑے خدا دے وجود تو ہی انکار کر دیندے نے. وہ لوگ جنہاں نوں اسی دہریے کہنے ہاں, وہ لوگ جنہاں نوں اسی ملحد کہنے ہاں, وہ لوگ جڑے خدا دے وجود تو بھی انکار کر دیندے نے. خدا دا کلام دسدا ہے کہ وہ بیوقوف لوگ نے, احمق لوگ نے, انہاں چکل شکل کوئی نہیں. دنیا دیاں وڈیاں وڈیاں یونیورسٹیاں دے پروفیسر نے انچ, پر کلام دی روشنی دے وچ چودواں زبور دی پہلی آیت آندی ہے احمق نے اپنے دل دے وچ آکھیا کہ کوئی خدا نہیں. بائبل دے خدا دی نظر دے وچ دنیا دے حکیم کون نے؟ بے وقوف نے. وڈیاں وڈیاں ڈگریاں یافتہ تے وڈیاں پری ریسرچ کیتے ہوئے ڈاکٹر جڑے نے احمق بن جاندے نے جدوں خدا دے وجود تو انکار کر دیندے نے. پر خدا انہاں نوں بھی فضل دیندا ہے, انہاں دی جان نہیں کٹ لیندا فورن, انہاں نوں فضل دیندا ہے کہ وہ زندہ رہن. اور سانو پتہ ہے کہ خدا نے ساڈے جڑے پہلے آبا و اجداد سن انہاں نوں بھی یہ فضل دتا. اور متی دا جڑا پنجواں باب ہے جڑا پڑھیا گیا وہدیاں 43 تو 48 آیتاں سانو یہ درس دیندیاں کہ خدا جڑا ہے وہدی خوبی کی ہے کہ وہ نیکاں تے بداں دوواں تے اپنے سورج نوں چمکاندا ہے تے پلیاں تے بریاں ساریاں تے میہ پاندا ہے. یہ خدا دا فضل ہے جہدے نال بدکاراں نوں بھی روٹی ملدی ہے, برے لوگ جڑے نے وہ بھی زندہ رہ سکتے ہیں, سورج ساریاں تے چمکدا ہے. ایک بڑے بڑے یہودی ربی نے یہ فرمایا, انہیں آکھیا اپنے شاگرداں نوں, انہیں آکھیا کدی تسی ویکھیا ہے کہ بدل چڑھیا ہوئے میہ وسیا ہوئے کہ وہ صرف یہودی دی زمین تے وسے تے کنانی دی زمین تے نہ وسے, یا سورج چڑھے تے صرف اسرائیل تے چمکے تے باقی دیاں دنیا تے نہ چمکے. اس طرح کدی نہیں ہویا, کیوں جو خدا
ਸਾਰਿਆਂ ਦਾ ਖੁਦਾ ਹੈ। ਉਹ ਉਹਨੂੰ ਜਿਹੜੇ ਰਿਜੈਕਟ ਕਰ ਦਿੰਦੇ ਨੇ, ਜਿਹੜੇ ਛੱਡ ਦਿੰਦੇ ਨੇ, ਉਹਨਾਂ ਦਾ ਵੀ ਖੁਦਾ ਹੋ ਕੇ ਉਹਨਾਂ 'ਤੇ ਰਹਿਮ ਫਜ਼ਲ ਕਰਦਾ ਹੈ। ਖੁਦਾ ਦੀ ਮੁਹੱਬਤ ਜਿਹੜੀ ਹੈ, ਇੱਕ ਇਹ ਜੀ ਮੁਹੱਬਤ ਹੈ ਜਿਹੜੀ ਸਭ ਲੋਕਾਂ ਨਾਲ ਜ਼ਾਹਿਰ ਉਹ ਕਰਦਾ ਹੈ। ਉਹਦੀ ਖਾਸ ਮੁਹੱਬਤ ਅਤੇ ਫਜ਼ਲ ਖਾਸ ਲੋਕਾਂ ਦੇ ਲਈ ਵੀ ਹੈ, ਪਰ ਉਹ ਸਾਰਿਆਂ ਦੇ ਨਾਲ ਮੁਹੱਬਤ ਕਰਦਾ ਹੈ। ਤੀਸਰੀ ਗੱਲ ਜਿਹੜੀ ਸਾਨੂੰ ਯਾਦ ਰੱਖਣ ਵਾਲੀ ਉਹ ਹੈ ਕਿ ਖੁਦਾ ਦੀ ਮੁਹੱਬਤ ਜਿਹੜੀ ਉਹ ਦੁੱਖ ਉਠਾਉਣ ਵਾਲੀ ਮੁਹੱਬਤ ਹੈ। ਮੁਹੱਬਤ ਦੇ ਵਿੱਚ ਇੱਕ ਕੜਵਾ ਜਿਹੜਾ ਅੰਗ ਹੈ ਮੁਹੱਬਤ ਦਾ ਪਹਿਲੂ, ਉਹ ਇਹ ਵੀ ਹੈ ਕਿ ਪਿਆਰ ਕਰਨ ਵਾਲੇ ਦੁੱਖ ਉਠਾਉਂਦੇ ਨੇ। ਮੁਹੱਬਤ ਜਿਹੜੀ ਉਹ ਲੋਕਾਂ ਨੂੰ ਉਹ ਐਸਾ ਕਰ ਦਿੰਦੀ ਹੈ ਕਿ ਉਹਨਾਂ ਨੂੰ ਦੁੱਖਾਂ ਦੇ ਵਿੱਚੋਂ ਲੰਘਣਾ ਪੈਂਦਾ ਹੈ। ਉਹ ਕਿਹੜੀ ਮਾਂ ਹੈ ਜਿਹੜੀ ਬੱਚੇ ਨੂੰ ਪਿਆਰ ਕਰੇ ਤੇ ਜਦੋਂ ਬੱਚਾ ਬਿਮਾਰ ਹੋ ਜਾਏ ਜਾਂ ਬੱਚਾ ਨਸ਼ੇਬਾਜ਼ ਹੋ ਜਾਏ, ਬੱਚਾ ਚੋਰ ਹੋ ਜਾਏ, ਘਰੋਂ ਨਿਕਲ ਜਾਏ ਜਾਂ ਵਾਰਾ ਬਣ ਜਾਵੇ, ਤੇ ਉਹ ਮਾਂ ਜਿਹੜੀ ਉਹਨੂੰ ਦੁੱਖ ਨਾ ਕਰੇ? ਕਿਹੜੇ ਐਸੇ ਲੋਕ ਨੇ ਜਿਹੜਾ ਐਸਾ ਨਹੀਂ ਕਰ ਸਕਦੇ? ਮੁਹੱਬਤ, ਸੱਚੀ ਮੁਹੱਬਤ ਦੁੱਖਾਂ ਦੇ ਵਿੱਚੋਂ ਲੰਘਦੀ ਹੈ, ਦੁੱਖਾਂ ਦੇ ਵਿੱਚੋਂ ਗੁਜ਼ਰਨਾ ਪੈਂਦਾ ਹੈ। ਔਰ ਖੁਦਾ ਦਾ ਕਲਾਮ ਸਾਨੂੰ ਦੱਸਦਾ ਹੈ ਕਿ ਸਾਡਾ ਖੁਦਾ ਜਿਹੜਾ ਮੁਹੱਬਤ ਹੈ, ਜਿਹਨੇ ਮੁਹੱਬਤ ਨਾਲ ਸਭ ਚੀਜ਼ ਪੈਦਾ ਕੀਤੀਆਂ ਨੇ, ਉਹਨੂੰ ਵੀ ਦੁੱਖਾਂ ਦੇ ਵਿੱਚੋਂ ਗੁਜ਼ਰਨਾ ਪੈਂਦਾ ਹੈ। ਇਨਸਾਨ ਜਿਹੜਾ ਖੁਦਾ ਦੀ ਮੁਹੱਬਤ ਦਾ ਮਰਕਜ਼ ਸੀ, ਉਹ ਇਨਸਾਨ ਜਿਹਨੂੰ ਖੁਦਾ ਨੇ ਪੈਦਾ ਕਰਕੇ ਆਪਣੀਆਂ ਸਾਰੀਆਂ ਮਖਲੂਕਾਤ ਤੇ ਮੁਖਤਾਰ ਮੁਕਰਰ ਕਰ ਦਿੱਤਾ, ਉਹਦੇ ਇਖਤਿਆਰ 'ਚ ਦੇ ਕੇ ਉਹਨੂੰ ਆਖਿਆ ਕਿ ਸਾਰਾ ਬਾਗ, ਸਾਰੇ ਜਾਨਵਰ, ਸਮੁੰਦਰ ਦੇ ਵੀ ਜਾਨਵਰ ਤੇਰੇ ਇਖਤਿਆਰ ਦੇ ਵਿੱਚ ਨੇ, ਜੋ ਚਾਹੇ ਖਾ ਪੀ, ਪਰ ਇੱਕ ਜਿਹੜਾ ਦਰਖਤ ਬਾਗ ਦੇ ਵਿੱਚ ਲੱਗਿਆ ਹੈ, ਨੇਕੀ ਤੇ ਬਦੀ ਦੀ ਪਹਿਚਾਣ ਦੇ ਦਰਖਤ ਨੂੰ ਨਹੀਂ ਖਾਣਾ, ਕਿਉਂ ਜੋ ਜਿਸ ਦਿਨ ਤੂੰ ਖਾਇਆ ਉਸ ਦਿਨ ਕੀ ਹੋਏਗਾ? ਮਰ ਜਾਏਗਾ। ਪਰ ਇਸ ਇਨਸਾਨ ਨੇ ਕੀ ਕੀਤਾ? ਉਹ ਮੁਹੱਬਤ ਦੇ ਨਾਲ ਜਿਹਨੂੰ ਸਭ ਤੋਂ ਜ਼ਿਆਦਾ ਖੁਦਾ ਮੁਹੱਬਤ ਕਰਦਾ ਸੀ, ਉਹਨੇ ਖੁਦਾ ਦੀ ਮੁਹੱਬਤ ਨੂੰ ਠੁਕਰਾ ਦਿੱਤਾ, ਉਹਨੇ ਖੁਦਾ ਦੇ ਹੁਕਮ ਨੂੰ ਤੋੜ ਦਿੱਤਾ, ਖੁਦਾ ਦੇ ਇਖਤਿਆਰ ਨੂੰ ਰੱਦ ਕਰ ਦਿੱਤਾ, ਬਾਗੀ ਹੋ ਗਿਆ। ਇਸ ਆਦਮ ਤੇ ਹਵਾ ਨੇ ਖੁਦਾ ਦਾ ਜਿਹੜਾ ਇਖਤਿਆਰ ਸੀ ਉਹਨੂੰ ਰੱਦ ਕਰ ਦਿੱਤਾ। ਖੁਦਾ ਦਾ ਕਲਾਮ ਸਾਨੂੰ ਦੱਸਦਾ ਹੈ ਕਿ ਖੁਦਾ ਜਿਹੜਾ ਉਹ ਬੰਦੇ ਦੇ ਨਾਲ ਜਦੋਂ ਇਨਸਾਨ ਨੂੰ ਉਹਨੇ ਪੈਦਾ ਕੀਤਾ, ਬਹੁਤ ਮੁਹੱਬਤ ਨਾਲ ਪੈਦਾ ਕੀਤਾ ਤੇ ਪਿਆਰ ਵੀ ਬਹੁਤ ਕਰਦਾ ਸੀ। ਮੈਂ ਇਹ ਗੱਲ ਨੂੰ ਸੋਚਿਆ ਕਿ ਖੁਦਾ ਨੇ ਇਨਸਾਨ ਨੂੰ ਜਦੋਂ ਪੈਦਾ ਕੀਤਾ ਤੇ ਆਪਣੀ ਸੂਰਤ ਤੇ ਸ਼ਬੀਹ ਤੇ ਪੈਦਾ ਕੀਤਾ, ਤੇ ਇਨਸਾਨ ਦੇ ਨਾਲ ਉਹਨੇ ਕਿਸ ਤਰ੍ਹਾਂ ਮੁਹੱਬਤ ਕੀਤੀ? ਆਪਣੇ ਸਾਰੇ ਦਿਲ, ਆਪਣੀ ਸਾਰੀ ਜਾਨ, ਆਪਣੀ ਸਾਰੀ ਤਾਕਤ ਤੇ ਆਪਣੀ ਸਾਰੀ ਅਕਲ ਦੇ ਨਾਲ ਇਨਸਾਨ ਨੂੰ ਖੁਦਾ ਪਿਆਰ ਕਰਦਾ ਸੀ। ਔਰ ਇਹ ਹੀ ਉਹ ਆਪਣੀ ਮਖਲੂਕ ਤੋਂ ਤਕਾਜ਼ਾ ਕਰਦਾ ਸੀ ਜਿਹਨੂੰ ਉਹਨੇ ਆਪਣੀ ਸੂਰਤ ਤੇ ਪੈਦਾ ਕੀਤਾ। ਔਰ ਇਹ ਸਭ ਤੋਂ ਵੱਡਾ ਹੁਕਮ ਜਿਹੜਾ ਹੈ ਉਹ ਖੁਦਾ ਦੇ ਕਲਾਮ ਦੇ ਵਿੱਚ ਸਾਨੂੰ ਮਿਲਦਾ ਹੈ। ਸਾਨੂੰ ਖੁਦਾ ਦਾ ਕਲਾਮ ਇਸਤਿਸਨਾ ਦੀ ਕਿਤਾਬ 4:6 ਬਾਬ ਦੀ 4-5 ਆਇਤ ਵੀ ਇਹ ਦੱਸਦੀ ਹੈ ਕਿ ਜਦੋਂ ਖੁਦਾ ਹੁਕਮ ਦਿੰਦਾ, ਕਹਿੰਦਾ ਹੈ ਕਿ ਸੁਣ ਇਸਰਾਇਲ, ਖੁਦਾਵੰਦ ਤੇਰਾ ਖੁਦਾ ਕੀ ਹੈ? ਇੱਕ ਹੀ ਖੁਦਾ ਹੈ, ਤੇ ਉਸ ਇੱਕ ਖੁਦਾ ਨਾਲ ਤੇਰਾ ਤਾਲੁਕ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ? ਉਸ ਖੁਦਾ ਦੇ ਨਾਲ ਤੂੰ ਆਪਣੇ ਸਾਰੇ ਦਿਲ, ਆਪਣੀ ਸਾਰੀ ਅਕਲ, ਆਪਣੀ ਸਾਰੀ ਜਾਨ, ਆਪਣੀ ਸਾਰੀ ਤਾਕਤ ਦੇ ਨਾਲ ਕੀ ਕਰ? ਖੁਦਾਵੰਦ ਆਪਣੇ ਖੁਦਾ ਦੇ ਨਾਲ ਮੁਹੱਬਤ ਰੱਖ। ਪਰ ਇਸ ਇਨਸਾਨ ਨੇ ਖੁਦਾ ਦੇ ਨਾਲ ਮੁਹੱਬਤ ਨਹੀਂ ਰੱਖੀ, ਉਹਨੂੰ ਰੱਦ ਕਰ ਦਿੱਤਾ, ਖੁਦਾ ਨੂੰ ਛੋੜ ਦਿੱਤਾ। ਖੁਦਾਵੰਦ ਯਿਸੂ ਮਸੀਹ ਨੇ ਵੀ ਇਹ ਹੀ ਆਖਿਆ ਕਿ ਸਭ ਤੋਂ ਵੱਡਾ ਹੁਕਮ ਖੁਦਾ ਨੇ ਇਹੋ ਹੀ ਦਿੱਤਾ ਹੈ। ਅਗਰ ਤੁਸੀਂ ਮੱਤੀ ਦਾ 22 ਬਾਬ ਉਹਦੀ 27 ਆਇਤ ਨੂੰ ਪੜ੍ਹੋ, ਔਰ ਫਿਰ 10 ਬਾਬ ਜਿਹੜਾ ਲੂਕਾ ਦਾ 27 ਆਇਤ, ਸਭ ਤੋਂ ਵੱਡਾ ਹੁਕਮ ਇਹ ਸੀ। ਪਰ ਖੁਦਾ ਦਾ ਮੁਹੱਬਤ ਨੂੰ ਰੱਦ ਕਰ ਦਿੱਤਾ ਇਨਸਾਨ ਨੇ, ਬਾਗੀ ਹੋ ਗਿਆ ਇਨਸਾਨ, ਉਹਨੇ ਅਬਲੀਸ ਦੀ ਗੱਲ ਮੰਗਣੀ। ਖੁਦਾ ਨੇ ਇਨਸਾਨ ਨੂੰ ਪੈਦਾ ਕੀਤਾ ਸੀ ਕਿ ਉਹ ਉਹਦੇ ਤਾਬੇ ਰਵੇ, ਉਹਦੇ ਨਾਲ ਮੁਹੱਬਤ ਕਰੇ, ਉਹਦੇ ਹੁਕਮਾਂ ਨੂੰ ਮੰਨੇ, ਪਰ ਇਨਸਾਨ ਨੇ ਖੁਦਾ ਨੂੰ ਰੱਦ ਕਰ ਦਿੱਤਾ, ਉਹਦੀ ਮੁਹੱਬਤ ਨੂੰ ਰੱਦ ਕੀਤਾ। ਉਹ ਸਿਰਫ ਇਹ ਨਹੀਂ ਸੀ ਚਾਹੁੰਦਾ ਕਿ ਖੁਦਾ ਨਾਲ ਪਿਆਰ ਕਰੇ, ਇਨਸਾਨ ਚਾਹੁੰਦਾ ਸੀ ਕਿ ਉਹ ਆਪ ਖੁਦਾ ਬਣ ਜਾਏ। ਖੁਦਾ ਬਣ ਜਾਣ ਦੀ ਖਾਹਿਸ਼ ਇਨਸਾਨ ਦੇ ਅੰਦਰ ਉਹਨੂੰ ਖੁਦਾ ਤੋਂ ਦੂਰ ਲੈ ਗਈ, ਖੁਦਾ ਤੋਂ ਬਾਗੀ ਹੋ ਗਿਆ,
ਖੁਦਾ ਨੇ ਇਨਸਾਨ ਨੂੰ ਆਪਣੇ ਹੁਕਮ ਦੇ ਮੁਤਾਬਿਕ ਸਜ਼ਾ ਦਿੱਤੀ, ਉਹਨੂੰ ਬਾਗ ਏਦਨ ਦੇ ਵਿੱਚੋਂ ਕੱਢ ਦਿੱਤਾ, ਕਿਉਂ ਜੋ ਗੁਨਾਹ ਇਨਸਾਨ ਤੇ ਖੁਦਾ ਦੇ ਦਰਮਿਆਨ ਆ ਗਿਆ। ਇਸ ਗੁਨਾਹ ਨੇ ਖੁਦਾ ਤੇ ਇਨਸਾਨ ਦੇ ਦਰਮਿਆਨ ਕੀ ਕੀਤਾ? ਜੁਦਾਈ ਪੈਦਾ ਕਰ ਦਿੱਤੀ, ਗੁਨਾਹ ਦੀ ਦੀਵਾਰ ਖੜੀ ਹੋ ਗਈ। ਖੁਦਾ ਤੇ ਇਨਸਾਨ ਦੇ ਵਿੱਚ ਨਫ਼ਰਤ ਤੇ ਦੁਸ਼ਮਣੀ ਜਿਹੜੀ ਸੀ ਉਹ ਪੈਦਾ ਹੋ ਗਈ। ਇਨਸਾਨ ਨੂੰ ਖੁਦਾ ਨੇ ਅਦਨ ਚੋਂ ਕੱਢ ਦਿੱਤਾ, ਉਹ ਖੁਦਾ ਦੀ ਹਜ਼ੂਰੀ ਚੋਂ ਚਲਾ ਗਿਆ। ਉਹ ਮਕਾਮ ਜਿੱਥੇ ਇਨਸਾਨ ਜਿਸਮਾਨੀ ਤੌਰ ਤੇ ਪਰਵਰਿਸ਼ ਪਾ ਰਿਹਾ ਸੀ, ਜਿੱਥੇ ਖੂਬਸੂਰਤ ਤਰੀਨ ਤੇ ਜ਼ਿੰਦਗੀ ਬਖਸ਼ ਫਲਾਂ ਦੇ ਨਾਲ ਉਹ ਬਸਰੁਕਾਤ ਕਰਦਾ ਸੀ, ਤੇ ਜਿੱਥੇ ਉਹ ਰੂਹਾਨੀ ਤੌਰ ਤੇ ਖੁਦਾ ਦੀ ਰਫਾਕਤ ਦੇ ਵਿੱਚ ਹਰ ਰੋਜ਼ ਰਹਿੰਦਾ ਸੀ, ਉਹ ਤੋਂ ਜੁਦਾ ਹੋ ਗਿਆ। ਉਹਦੇ ਉੱਤੇ ਰੂਹਾਨੀ ਮੌਤ ਆਈ ਔਰ ਆਹਿਸਤਾ ਆਹਿਸਤਾ ਉਹਦੇ ਜਿਸਮ 'ਚ ਮੌਤ ਜਿਹੜੀ ਸੀ ਉਹਨੇ ਅਸਰ ਪੈਦਾ ਕਰਨਾ ਸ਼ੁਰੂ ਕਰ ਦਿੱਤਾ। ਚਾਹੀਦਾ ਤਾਂ ਇਹ ਸੀ ਕਿ ਖੁਦਾ ਉਹਨੂੰ ਉਸੇ ਵੇਲੇ ਆਪਣੇ ਹੁਕਮ ਦੇ ਮੁਤਾਬਿਕ ਖਤਮ ਕਰ ਦਿੱਤਾ, ਕਿਉਂ ਜੋ ਖੁਦਾ ਨੇ ਕਿਹਾ ਸੀ ਕਿ ਜਿਸ ਦਿਨ ਤੂੰ ਫਲ ਖਾਇਆ ਕੀ ਹੋਏਗਾ, ਤੂੰ ਮਰ ਜਾਏਗਾ। ਪਰ ਖੁਦਾ ਨੇ ਰਹਿਮ ਕੀਤਾ ਉਹਦੇ ਤੇ, ਉਹਦੀ ਮੁਹੱਬਤ ਜਿਹੜੀ ਸੀ ਉਹਨੇ ਇਹ ਗਵਾਰਾ ਨਹੀਂ ਕੀਤਾ ਕਿ ਉਹ ਆਪਣੀ ਮਖਲੂਕ ਨੂੰ ਮਿਟਾ ਦੇ। ਉਹਨੇ ਇਨਸਾਨ ਦੇ ਲਈ ਕੀ ਕੀਤਾ? ਉਹਨੇ ਇਨਸਾਨ ਦੀ ਸ਼ਰਮਿੰਦਗੀ ਤੇ ਨੰਗੇਪਨ ਨੂੰ ਢੱਕਣ ਦੇ ਲਈ ਇੱਕ ਮਾਸੂਮ ਜਾਨਵਰ ਨੂੰ, ਆਪਣੀ ਮਖਲੂਕ ਨੂੰ ਕੁਰਬਾਨ ਕਰ ਦਿੱਤਾ। ਉਹਦੇ ਚਮੜੇ ਉਤਾਰ ਕੇ ਉਹਦੇ ਨੰਗੇਪਨ ਨੂੰ, ਉਹਦੀ ਬੇਪਰਦਗੀ ਨੂੰ ਉਹਨੇ ਟੱਕਿਆ, ਚਮੜੇ ਦੇ ਕੁਰਤੇ ਪਹਿਨਾਏ, ਔਰ ਇਸ ਤਰ੍ਹਾਂ ਉਹਨੇ ਉਹਦਾ ਆਪ ਕਫਾਰਾ ਕਰਕੇ ਤੇ ਉਹਨੂੰ ਫੌਰੀ ਤੌਰ ਤੇ ਮੌਤ ਤੋਂ ਬਚਾਇਆ। ਪਰ ਇਨਸਾਨ ਜਿਵੇਂ ਬਾਹਰ ਚਲਾ ਗਿਆ, ਜਿਸ ਤਰ੍ਹਾਂ ਬਾਗੀ ਹੋ ਗਿਆ, ਖੁਦਾ ਹੀ ਸਿਰਫ ਇਨਸਾਨ ਦੁੱਖਾਂ ਦੇ ਵਿੱਚ ਨਹੀਂ ਪਿਆ, ਬਾਗੀ ਅਦਨ ਚੋਂ ਨਿਕਲ ਕੇ ਇਨਸਾਨ ਦੇ ਗੁਨਾਹ ਨੇ ਖੁਦਾ ਦੇ ਦਿਲ ਨੂੰ ਵੀ ਜ਼ਖਮੀ ਕਰ ਦਿੱਤਾ। ਖੁਦਾ ਦੁੱਖਾਂ ਚੋਂ ਗੁਜ਼ਰਦਾ, ਖੁਦਾ ਜਿਹੜਾ ਜਿਹਦੇ ਨਾਲ ਸਭ ਤੋਂ ਜ਼ਿਆਦਾ ਪਿਆਰ ਕਰਦਾ ਸੀ, ਜਦੋਂ ਉਹਨੇ ਉਹਦੀ ਮੁਹੱਬਤ ਨੂੰ ਠੁਕਰਾ ਦਿੱਤਾ, ਤੇ ਖੁਦਾ ਦਾ ਦਿਲ ਇੱਕ ਮੁਹੱਬਤ ਕਰਨੇ ਵਾਲੇ, ਸੱਚੇ ਮੁਹੱਬਤ ਕਰਨੇ ਵਾਲੇ ਇਨਸਾਨ ਤੋਂ ਵੀ ਵੱਧ ਕੇ ਜ਼ਖਮੀ ਤੇ ਦਰਦ ਨਾਲ ਭਰਿਆ ਹੋਇਆ ਸੀ। ਔਰ ਉਸ ਮੁਹੱਬਤ ਦਾ ਡਰਾਮਾ ਜਿਹੜਾ ਹੈ ਉਹਨੂੰ ਤੁਸੀਂ ਸੁਬਾਹ ਬਾਈਬਲ ਸਟੱਡੀਆਂ ਦੇ ਵਿੱਚ ਸੁਣ ਰਹੇ ਹੋ ਕਿ ਹੋਸ਼ੀਆ ਨਬੀ ਜਿਹੜਾ ਹੈ ਉਹ ਡਰਾਮੇ ਦੇ ਤੌਰ ਤੇ ਆਪਣੀ ਜ਼ਿੰਦਗੀ ਦੇ ਵਿੱਚ ਉਹਨੂੰ ਲਿਆ ਕੇ ਬਿਆਨ ਪਿਆ ਕਰਦਾ ਹੈ ਕਿ ਕਿਸ ਤਰ੍ਹਾਂ ਇਨਸਾਨ ਜਿਹੜਾ ਹੈ, ਸਿਰਫ ਬਣੀ ਇਸਰਾਇਲ ਨਹੀਂ, ਇਨਸਾਨ ਹੋਸ਼ੀਆ ਦੀ ਬੀਵੀ ਜੁਮਰ ਵਾਂਗਰ ਬੇਵਫਾ ਹੋ ਗਿਆ, ਜਿਵੇਂ ਉਹ ਆਪਣੀ ਬੇਵਫਾ ਹੋ ਕੇ ਆਪਣੀ ਬਦਕਾਰੀ ਦੇ ਤੋਂ ਬਦਕਾਰਾਂ ਦੇ ਨਾਲ ਚਲੀ ਗਈ, ਉਸੇ ਤਰ੍ਹਾਂ ਇਨਸਾਨ ਜਿਹੜਾ ਹੈ ਉਹ ਬੁੱਤਾਂ ਦੇ ਪਿੱਛੇ ਚਲਾ ਗਿਆ, ਰੂਹਾਨੀ ਬਦਕਾਰੀ ਦੀ ਸ਼ਿਕਾਰ ਹੋ ਗਿਆ, ਆਪਣੇ ਮਾਲਕ ਤੇ ਖਾਲਕ ਆਪਣੇ ਪਿਆਰ ਕਰਨ ਵਾਲੇ ਖੁਦਾ ਤੋਂ ਉਹ ਦੂਰ ਚਲਾ ਗਿਆ, ਉਹਦੇ ਦਿਲ ਨੂੰ ਉਹਨੇ ਜ਼ਖਮੀ ਕਰ ਦਿੱਤਾ। ਔਰ ਜਿਸ ਤਰ੍ਹਾਂ ਖੁਦਾ ਜਿਹੜਾ ਹੈ ਉਹ ਹੋਸ਼ੀਆ ਨਬੀ ਬਿਆਨ ਕਰਦਾ ਹੈ ਕਿ ਉਹਦਾ ਦਿਲ ਆਪਣੀ ਇਸ ਬੇਵਫਾ ਬੀਵੀ ਦੇ ਲਈ ਤੜਪਦਾ ਹੈ, ਜਿਹਨੇ ਆਪਣੇ ਆਪ ਨੂੰ ਗੁਨਾਹ ਦੀ ਗੁਲਾਮੀ ਦੇ ਵਿੱਚ ਵੇਚ ਦਿੱਤਾ ਹੈ, ਉਸੇ ਤਰ੍ਹਾਂ ਖੁਦਾ ਇਨਸਾਨ ਜਿਹੜਾ ਉਹਦੇ ਤੋਂ ਦੂਰ ਚਲਾ ਗਿਆ, ਉਹਦੀ ਜੁਦਾਈ ਨੂੰ ਖਤਮ ਕਰਨ ਦੇ ਲਈ ਤੜਪਦਾ ਹੈ। ਖੁਦਾ ਦੀ ਮੁਹੱਬਤ ਜਿਹੜੀ ਹੈ ਉਹ ਦੁੱਖਾਂ ਦੇ ਵਿੱਚੋਂ ਗੁਜ਼ਰਦੀ ਰਹਿੰਦੀ ਹੈ। ਸਾਡੇ ਇੱਕ ਸ਼ਾਇਰ ਨੇ ਇਸ ਚੀਜ਼ ਨੂੰ ਬੜੀ ਖੂਬਸੂਰਤੀ ਦੇ ਨਾਲ ਬਿਆਨ ਕਰਨ ਦੀ ਕੋਸ਼ਿਸ਼ ਕੀਤੀ, ਜਦੋਂ ਉਹਨੇ ਇਨਸਾਨ ਤੇ ਖੁਦਾ ਦੇ ਤਾਲੁਕ ਤੇ ਇਨਸਾਨ ਤੇ ਖੁਦਾ ਦੀ ਮੁਹੱਬਤ ਤੇ ਮੁਹੱਬਤ ਦੇ ਵਿੱਚ ਦੁੱਖ ਜਿਹੜੇ ਨੇ ਉਹਦਾ ਜ਼ਿਕਰ ਕਰਨ ਦੀ ਕੋਸ਼ਿਸ਼ ਕੀਤੀ, ਤੇ ਉਹਨੇ ਕਿਹਾ ਕਿ ਆਪਣੀ ਤਖਲੀਕ ਮੇ ਇਨਸਾਨ ਕੋ ਸ਼ਾਮਿਲ ਕਰਕੇ ਦੁੱਖ ਉਠਾਏ ਹੈ, ਖੁਦਾ ਜਾਣੇ ਖੁਦਾ ਨੇ ਕਿਤਨੇ। ਆਪਣੀ ਤਖਲੀਕ ਦੇ ਵਿੱਚ, ਆਪਣੀ ਮਖਲੂਕਾਤ ਦੇ ਵਿੱਚ ਇਨਸਾਨਾਂ ਨੂੰ ਜਦੋਂ ਖੁਦਾ ਨੇ ਸ਼ਾਮਿਲ ਕੀਤਾ, ਇਨਸਾਨ ਪੈਦਾ ਕੀਤਾ, ਤੇ ਖੁਦਾ ਬਹੁਤ ਸਾਰੇ ਦੁੱਖਾਂ ਦੇ ਵਿੱਚੋਂ ਗੁਜ਼ਰਿਆ, ਕਿਉਂ ਜੋ ਜਿਹਦੇ ਨਾਲ ਉਹ ਪਿਆਰ ਕਰਦਾ ਸੀ ਉਹ ਪਿਆਰ ਦਾ ਬਦਲਾ ਜੁਦਾਈ ਤੇ ਨਫ਼ਰਤ ਦੇ ਨਾਲ ਦੇ ਰਿਹਾ ਹੈ। ਪਰ ਖੁਦਾ ਦਾ ਦਿਲ, ਖੁਦਾ ਦੀ ਮੁਹੱਬਤ ਮੌਜਜ਼ਾ ਨੇ, ਉਹਦੀ ਦੂਰੀ ਤੇ ਗਾਲਬ ਆਉਣਾ ਚਾਹੁੰਦੀ ਏ, ਉਹ ਜੁਦਾਈ ਤੇ ਗਾਲਬ ਆਉਣਾ ਚਾਹੁੰਦੀ ਏ, ਉਹ ਗੁਲਾਮ ਜਿਹੜੇ ਬਣ ਗਏ ਨੇ ਇਨਸਾਨ ਉਹਨਾਂ ਨੂੰ ਵਾਪਸ ਲਿਆਉਣਾ ਚਾਹੁੰਦੀ ਏ, ਉਹ ਇਸ ਖਲਾ ਨੂੰ ਪੁਰ ਕਰਨਾ ਚਾਹੁੰਦੀ ਏ। ਪਰ ਇਨਸਾਨ ਜਿਹੜਾ ਏ ਉਹ ਦੁਸ਼ਮਣ ਬਣ ਗਿਆ, ਗੁਨਾਹਗਾਰ ਹੋ ਕੇ। ਇਨਸਾਨ ਨੇ ਸਿਰਫ ਗਲਤੀ ਨਹੀਂ ਕੀਤੀ, ਆਮ ਤੌਰ ਤੇ ਅਸੀਂ ਕੀ ਸਮਝਦੇ ਹਾਂ ਕਿ ਜਦੋਂ ਇਨਸਾਨ ਕੋਈ ਗੁਨਾਹ ਕਰਦਾ ਹੈ
ਤੇ ਬਹੁਤ ਸਾਰੇ ਮਾਹਿਰੇ ਨਫਸੀਆਤ ਜਿਹੜੇ ਆਉਂਦੇ ਨੇ ਇਹਨੂੰ ਗੁਨਾਹ ਨਹੀਂ ਕਹਿਣਾ ਚਾਹੀਦਾ, ਇਹ ਗਲਤੀ ਹੈ, ਨਿੱਕੀ ਜੀ ਕੋਈ ਗਲਤੀ ਬੁਲਤੀ ਹੋ ਗਈ ਚਲੋ ਮਾਫ ਕਰ ਦਿੱਤਾ। ਬਹੁਤ ਸਾਰੇ ਮਜ਼ਹਬ ਜਿਹੜੇ ਨੇ ਉਹ ਕਹਿੰਦੇ ਨੇ ਕਿ ਨਿਜਾਤ ਦੀ ਕੋਈ ਲੋੜ ਨਹੀਂ, ਇਸ ਲਈ ਕਿ ਗੁਨਾਹ ਕੋਈ ਐਡੀ ਵੱਡੀ ਗੱਲ ਨਹੀਂ, ਖੁਦਾ ਮਾਫ ਕਰਨ ਵਾਲਾ, ਖੁਦਾ ਮਾਫ ਕਰ ਹੀ ਦੇਗਾ, ਉਹਦਾ ਰਹਿਮ ਕਾਫੀ, ਉਹਦਾ ਫਜ਼ਲ ਕਾਫੀ ਹੈ, ਖੁਦਾ ਮਾਫ ਕਰ ਦੇਗਾ। ਪਰ ਬਾਈਬਲ ਮੁਕੱਦਸ ਜਿਹੜੀ ਹੈ ਉਹ ਗੁਨਾਹ ਨੂੰ ਬਹੁਤ ਜ਼ਿਆਦਾ ਸੰਜੀਦਾ ਲੈਂਦੀ ਹੈ। ਇਹ ਬਾਈਬਲ ਮੁਕੱਦਸ ਸਿਰਫ ਐਸਾ ਖੁਦਾ ਦਾ ਕਲਾਮ ਹੈ ਜਿਹੜਾ ਗੁਨਾਹ ਦੀ ਜਿਹੜੀ ਬਦਸੂਰਤੀ ਹੈ, ਗੁਨਾਹ ਦੀ ਜਿਹੜੀ ਗੰਦਗੀ ਹੈ, ਗੁਨਾਹ ਦੀ ਜਿਹੜੀ ਉਹਦੇ ਅਸਰਾਤ ਨੇ ਇਨਸਾਨਾਂ 'ਤੇ ਅਤੇ ਖੁਦਾ 'ਤੇ ਅਤੇ ਦੁਨੀਆਂ ਦੀਆਂ ਮਖਲੂਕਾਤ 'ਤੇ, ਉਹਨਾਂ ਨੂੰ ਬਿਆਨ ਕਰ ਦਈਏ। ਖੁਦਾ ਦਾ ਕਲਾਮ ਕਹਿੰਦਾ ਹੈ ਕਿ ਗੁਨਾਹਗਾਰ ਖੁਦਾ ਦਾ ਦੁਸ਼ਮਣ ਹੈ। ਇਹ ਮਹਿਜ਼ ਗਲਤੀ ਵਾਲੀ ਗੱਲ ਨਹੀਂ, ਖੁਦਾ ਦੀ ਇੱਜ਼ਤ ਕਿ ਉਹ ਕਾਇਨਾਤ 'ਤੇ ਹਕਮ ਹੈ, ਉਹਦੇ ਹੁਕਮ ਨੂੰ ਤੋੜ ਦੇਣਾ ਦੁਨੀਆਂ ਦੇ ਆਲਾ ਤਰੀਨ ਬਾਦਸ਼ਾਹਾਂ ਦੇ ਬਾਦਸ਼ਾਹ ਖੁਦਾਵੰਦਾਂ ਦੇ ਖੁਦਾ ਦੇ ਹੁਕਮ ਨੂੰ ਤੋੜ ਕੇ ਉਹਦੀ ਇੱਜ਼ਤ ਨੂੰ ਖਾਕ 'ਚ ਮਿਲਾ ਦੇਣਾ ਹੈ, ਉਹਦੀ ਬੇਇੱਜ਼ਤੀ ਹੈ। ਇਹ ਖੁਦਾ ਦੇ ਇਖਤਿਆਰ ਨੂੰ ਆਪਣੇ ਤੋਂ ਉਤਾਰ ਸੱਟਣਾ ਅਤੇ ਉਹਦੇ ਖਿਲਾਫ ਬਗਾਵਤ ਦਾ ਅਲਮ ਬੁਲੰਦ ਕਰ ਦੇਣ ਦਾ ਨਾਂ ਹੈ। ਗੁਨਾਹ ਜਿਹੜਾ ਹੈ ਉਹ ਇਨਸਾਨ ਨੂੰ ਖੁਦਾ ਨੂੰ ਲਲਕਾਰਨ ਅਤੇ ਉਹਨੂੰ ਉਹਦੇ ਇਖਤਿਆਰ ਉਹਦੇ ਤਖ਼ਤ ਤੋਂ ਲਾਹ ਦੇਣ ਦੀ ਇੱਕ ਕੋਸ਼ਿਸ਼ ਦਾ ਨਾਂ ਹੈ। ਇਸ ਲਈ ਗੁਨਾਹ ਜਿਹੜਾ ਹੈ ਉਹ ਮਾਮੂਲੀ ਗੱਲ ਨਹੀਂ। ਗੁਨਾਹਗਾਰ ਨੂੰ ਬਾਈਬਲ ਮੁਕੱਦਸ ਕੀ ਕਹਿੰਦੀ ਹੈ ਕਿ ਗੁਨਾਹਗਾਰ ਦੁਸ਼ਮਣ ਹੈ, ਖੁਦਾ ਤੇ ਉਹਦੇ ਵਿੱਚ ਦੁਸ਼ਮਣੀ ਪਾਈ ਜਾਂਦੀ ਹੈ। ਇਸੇ ਲਈ ਪੌਲੁਸ ਰਸੂਲ ਰੋਮੀਆਂ ਦੇ 5ਵੇਂ ਬਾਬ ਦੇ ਵਿੱਚ ਜਦੋਂ ਖੁਦਾ ਦੀ ਖੂਬੀ ਮੁਹੱਬਤ ਦੀ ਖੂਬੀ ਨੂੰ ਜ਼ਾਹਿਰ ਕਰਦਾ ਹੈ ਤੇ ਉਹ ਕਹਿੰਦਾ ਹੈ ਕਿ ਇਨਸਾਨ ਜਿਹੜਾ ਹੈ ਉਹਦੇ 'ਤੇ ਤੇ ਗੁਨਾਹ ਦੇ ਬਾਇਸ ਮੌਤ ਆ ਗਈ, ਫਤਵਾ ਆ ਗਿਆ, ਪਰ ਖੁਦਾ ਕੀ ਕਰਦਾ ਹੈ, ਖੁਦਾ ਆਪਣੀ ਮੁਹੱਬਤ ਦੀ ਖੂਬੀ ਇਸ ਤਰ੍ਹਾਂ ਜ਼ਾਹਿਰ ਕਰਦਾ ਹੈ ਕਿ ਜਦੋਂ ਅਸੀਂ ਕੀ ਸਾਂ, ਜਦੋਂ ਅਸੀਂ ਕਮਜ਼ੋਰ ਸਾਂ, ਜਦੋਂ ਅਸੀਂ ਬੇਦੀਨ ਸਾਂ, ਜਦੋਂ ਅਸੀਂ ਅੱਗੇ ਜਾ ਕੇ ਕਹਿੰਦਾ ਹੈ ਕਿ ਦੁਸ਼ਮਣ ਸਾਂ, ਮਸੀਹ ਸਾਡੇ ਲਈ ਮੋਇਆ ਹੈ। ਖੁਦਾ ਦੀ ਮੁਹੱਬਤ ਜਿਹੜੀ ਹੈ ਉਹ ਦੁਸ਼ਮਣਾਂ ਲਈ ਮੁਹੱਬਤ ਹੈ, ਔਰ ਇਹ ਉਹ ਮੁਹੱਬਤ ਹੈ ਜਿਹੜੀ ਦੁਨੀਆਂ 'ਤੇ ਕਿਤੇ ਪਾਈ ਨਹੀਂ ਜਾ ਸਕਦੀ। ਜਦੋਂ ਗੱਲ ਦੁਸ਼ਮਣੀ ਦੀ ਹੋਵੇ ਤੇ ਫਿਰ ਅਸੀਂ ਕੀ ਕਰਨੇ ਆ, ਕਿੰਨੇ ਨੇ ਸਾਡੇ ਤੋਂ ਕਿ ਜਦੋਂ ਸਾਡਾ ਕੋਈ ਦੁਸ਼ਮਣ ਮੁਲਕ ਸਾਡੇ ਮੁਲਕ 'ਤੇ ਕਬਜ਼ਾ ਕਰ ਲਵੇ ਕਿਸੇ ਹਿੱਸੇ 'ਤੇ, ਜਦੋਂ ਸਾਡੇ ਭੈਣਾਂ ਭਰਾਵਾਂ ਨੂੰ ਉਹ ਗੁਲਾਮ ਬਣਾ ਲਏ, ਉਹਨਾਂ ਨੂੰ ਨਜ਼ਰਬੰਦ ਕਰ ਦੇ, ਉਹਨਾਂ ਨੂੰ ਕਰਫਿਊ 'ਚ ਪਾ ਦੇ, ਉਹਨਾਂ ਨੂੰ ਇੱਜ਼ਤਾਂ ਲੁੱਟੀਆਂ ਜਾਣ, ਉਹ ਬੰਬ ਬਰਸਾਉਣ ਜਾਂ ਹਮਲਾ ਕਰ ਦੇਣ, ਅਤੇ ਅਸੀਂ ਕਹੀਏ ਨਹੀਂ ਸਾਨੂੰ ਆਪਣੇ ਉਸ ਪੜੋਸੀ ਮੁਲਕ ਦੇ ਨਾਲ ਪਿਆਰ ਕਰਨਾ ਚਾਹੀਦਾ। ਕਿ ਸਾਡੇ ਲੋਕ ਇਹ ਨਹੀਂ ਆਖਣਗੇ ਕਿ ਅਸੀਂ ਇੱਟ ਦਾ ਜਵਾਬ ਪੱਥਰ ਨਾਲ ਦੇਵਾਂਗੇ, ਇੱਕ ਮਾਰੋਗੇ 20 ਮਾਰਾਂਗੇ। ਸਾਡਾ ਜਿਹੜਾ ਗੁਨਾਹਗਾਰ ਫਿਤਰਤ ਹੈ ਉਹ ਕੀ ਕਹਿੰਦੀ ਹੈ, ਇੱਟ ਦਾ ਜਵਾਬ ਕਸੂਰ ਨਾ ਦੇਵਾਂਗੇ, ਡੰਡੋਲੀ ਨਾਲ ਇੱਟ ਦਾ ਪੱਥਰ ਨਾਲ ਬਦਲਾ ਲਵਾਂਗੇ, ਹੈ ਨਾ। ਸਾਡੇ ਲੋਕ ਜਿਹੜੇ ਨੇ, ਸਾਡਾ ਪੰਜਾਬੀ ਕਲਚਰ, ਸਾਡੀਆਂ ਫਿਲਮਾਂ ਕੀ ਦੱਸਦੀਆਂ, ਸਾਡੇ ਮਸ਼ਹੂਰ ਕਿਸਮ ਦੇ ਡਾਇਲਾਗ ਸੁਲਤਾਨ ਰਾਈ ਗਏ ਲੋਕਾਂ ਦੇ ਕਿ ਤੁਸੀਂ ਤੇ ਇੱਕ ਦੋ ਮਾਰੇ ਨੇ, ਮੈਂ ਟੱਬਰ ਦੇ ਟੱਬਰ ਖਾ ਜਾਂਦਾ, ਮਾਰ ਦੇਣਾ ਕਬੀਲਿਆਂ ਦੇ ਕਬੀਲੇ ਮਾਰ ਦੇਣ, ਅਸੀਂ ਜਿਹਦੇ ਨਾਲ ਸਾਡੀ ਨਫ਼ਰਤ ਜਾਂ ਦੁਸ਼ਮਣੀ ਹੋਵੇ ਅਸੀਂ ਚਾਹੁੰਦੇ ਹਾਂ ਉਹਨੂੰ ਮਿਟਾ ਦੇਈਏ, ਉਹ ਨਜ਼ਰ ਨਾ ਆਏ, ਉਹ ਕਿਤੇ ਲੱਭੇ ਨਾ, ਉਹ ਜੇਲ੍ਹ 'ਚ ਹੋਣਾ ਚਾਹੀਦਾ, ਉਹਨੂੰ ਬਰਬਾਦ ਕਰ ਦੇਣਾ ਚਾਹੁੰਦੇ ਹਾਂ। ਪਰ ਖੁਦਾ ਦੇ ਮੁਹੱਬਤ ਦੀ ਖੂਬੀ ਕੀ ਹੈ ਕਿ ਉਹ ਦੁਸ਼ਮਣਾਂ ਨਾਲ ਮੁਹੱਬਤ ਕਰਦਾ ਹੈ, ਇਹ ਇਲਾਹੀ ਮੁਹੱਬਤ ਹੈ। ਉਹ ਕਿਸੇ ਦੀ ਹਲਾਕਤ ਨਹੀਂ ਚਾਹੁੰਦਾ, ਉਹ ਦੁਸ਼ਮਣ ਦੀ ਵੀ ਹਲਾਕਤ ਨਹੀਂ ਚਾਹੁੰਦਾ, ਉਹ ਇਹ ਚਾਹੁੰਦਾ ਹੈ ਕਿ ਸਾਰਿਆਂ ਦੀ ਤੌਬਾ ਤੱਕ ਨੌਬਤ ਪਹੁੰਚੇ ਤੇ ਉਹ ਬਚ ਜਾਣ। ਇਸ ਲਈ ਖੁਦਾ ਦਾ ਕਲਾਮ ਕਹਿੰਦਾ ਹੈ ਕਿ ਜਦੋਂ ਅਸੀਂ ਦੁਸ਼ਮਣ ਹੀ ਸਾਂ, ਜਦੋਂ ਅਸੀਂ ਬੇਦੀਨ ਸਾਂ, ਜਦੋਂ ਅਸੀਂ ਕਮਜ਼ੋਰ ਸਾਂ, ਖੁਦਾ ਉਦੋਂ ਉਹਨੇ ਆਪਣੇ ਬੇਟੇ ਨੂੰ ਘੱਲਿਆ ਤਾਂ ਜੋ ਸਾਡੇ ਲਈ ਜਾਨ ਦੇਵੇ। ਖੁਦਾ ਦਾ ਕਲਾਮ ਕਹਿੰਦਾ ਹੈ ਕਿ ਦੁਨੀਆਂ ਜਿਹੜੀ ਪੁਲਿਸ ਦੇ ਕਬਜ਼ੇ 'ਚ, ਉਹ ਖੁਦਾ ਦੀ ਮੁਖਾਲਫਤ 'ਚ, ਦੁਸ਼ਮਣੀ 'ਚ, ਫਿਰ ਵੀ ਬਾਈਬਲ ਮੁਕੱਦਸ ਦੀ ਮਹਿਬੂਬ ਤਰੀਨ ਆਇਤ ਕੀ ਕਹਿੰਦੀ ਹੈ ਕਿ ਖੁਦਾ ਨੇ ਦੁਨੀਆਂ ਨਾਲ ਅਜਿਹੀ ਮੁਹੱਬਤ ਰੱਖੀ। ਕਿਸ ਤਰ੍ਹਾਂ ਦੀ ਮੁਹੱਬਤ ਰੱਖੀ ਹੈ,
ਖੁਦਾ ਨੇ ਦੁਨੀਆ ਨਾਲ ਅਜਿਹੀ ਮੁਹੱਬਤ ਰੱਖੀ ਕਿ ਉਹਨੇ ਆਪਣਾ ਇਕੱਲਾ ਇਕੱਲਾ ਇੱਕੋ ਹੀ ਇੱਕ ਲੌਤਾ ਬੇਟਾ ਦੇ ਦਿੱਤਾ ਤਾਂ ਜੋ ਕੋਈ ਉਹਦੇ ਤੇ ਇਮਾਨ ਲਿਆਵੇ ਹਲਾਕ ਨਾ ਹੋਵੇ ਬਲਕਿ ਹਮੇਸ਼ਾ ਦੀ ਜ਼ਿੰਦਗੀ ਪਾ ਜਾਵੇ। ਇਹ ਖੁਦਾ ਦੀ ਮੁਹੱਬਤ ਹੈ, ਇਹ ਮੁਹੱਬਤ ਜਿਹੜੀ ਸਾਨੂੰ ਖੁਦਾ ਨੇ ਆਪਣੇ ਬੇਟੇ ਯਸੂ ਮਸੀਹ ਦੇ ਵਿੱਚ ਜ਼ਾਹਿਰ ਕੀਤੀ। ਅੱਜ ਇਸ ਇਬਾਦਤ ਦੇ ਵਿੱਚ ਮੇਰੇ ਪਿਆਰੇ ਦੋਸਤੋ, ਭੈਣੋ ਤੇ ਭਰਾਓ, ਬਜ਼ੁਰਗੋ ਤੇ ਉਹ ਸਭ ਲੋਕ ਜਿਹੜੇ ਮੇਰੀ ਆਵਾਜ਼ ਸੁਣ ਰਹੇ ਨੇ, ਸਾਡੇ ਲਈ ਖੁਦਾ ਦੀ ਇਲਾਹੀ ਮੁਹੱਬਤ ਦੇ ਇਹ ਕੁਛ ਪਹਿਲੂ ਜਿਹੜੇ ਬਿਆਨ ਕੀਤੇ ਗਏ ਨੇ, ਜਿਹੜੇ ਅੰਗ ਦੱਸੇ ਗਏ ਨੇ, ਸਾਡੇ ਲਈ ਇਹ ਕੀ ਸਬਕ ਲੈ ਕੇ ਆਉਂਦੇ ਨੇ, ਇਹ ਸਾਨੂੰ ਕਿਸ ਗੱਲ ਦੀ ਚੁਣੌਤੀ ਦਿੰਦੇ ਨੇ, ਸਾਡੇ ਲਈ ਚੈਲੰਜ ਕੀ ਹੈ। ਖੁਦਾ ਦੇ ਲੋਕ ਹੋਣ ਦੇ ਨਾਤੇ ਦੇ ਨਾਲ ਅਸੀਂ ਖੁਦਾ ਦੇ ਬੇਟੇ ਤੇ ਬੇਟੀਆਂ ਬਣਾਏ ਗਏ ਹਾਂ। ਕਿ ਖੁਦਾ ਦਾ ਕਲਾਮ ਸਾਨੂੰ ਨਹੀਂ ਦੱਸਦਾ ਕਿ ਜਿੰਨਿਆਂ ਨੇ ਮਸੀਹ ਨੂੰ ਕਬੂਲ ਕੀਤਾ ਉਹ ਕੀ ਬਣ ਗਏ ਨੇ, ਤੁਸੀਂ ਤੇ ਮੈਂ ਕੀ ਹੋ, ਜ਼ਰਾ ਮੈਨੂੰ ਦੱਸੋ, ਖੁਦਾ ਦੀ ਬੇਟੀ ਹੋ, ਖੁਦਾ ਦੇ ਬੇਟੇ ਹੋ, ਕਿਉਂ ਜੋ ਖੁਦਾ ਦਾ ਕਲਾਮ ਕਹਿੰਦਾ ਜਿਹੜਾ ਇਮਾਨ ਲਿਆਇਆ ਜਿੰਨਿਆਂ ਨੇ ਯਸੂ ਨੂੰ ਕਬੂਲ ਕੀਤਾ ਉਹ ਕੀ ਨੇ, ਖੁਦਾ ਦੇ ਬੇਟੇ ਤੇ ਬੇਟੀਆਂ ਬਣ ਗਏ ਨੇ। ਫਰਜ਼ੰਦ ਬਣਨ ਦਾ ਹੁਕਮ ਹੱਕ ਬਖਸ਼ ਦਿੱਤਾ ਹੈ ਉਹਨਾਂ ਨੂੰ। ਉਹਦਾ ਮਤਲਬ ਕੀ ਹੈ ਕਿ ਖੁਦਾ ਦੀ ਮਾਨਤ, ਖੁਦਾ ਦੇ ਬੇਟੇ ਦੀ ਮਾਨਤ ਉਹਨਾਂ ਨੂੰ ਹੋਣਾ ਚਾਹੀਦਾ ਹੈ ਨਾ। ਧੀਆਂ ਮਾਵਾਂ ਤੇ ਜਾਂਦੀਆਂ ਨੇ, ਪੁੱਤਰ ਪਿਓਾਂ ਵਰਗੇ ਹੁੰਦੇ ਨੇ, ਔਰ ਸਾਡੀ ਮਿਸਲ ਆਉਂਦੀ ਹੈ ਕਿ ਬੱਲੇ ਦਾ ਬੱਲਾ ਨਾ ਹੋਵੇ ਤੇ ਮੱਥੇ ਤੇ ਫੁੱਲੀ ਜ਼ਰੂਰ ਹੁੰਦੀ ਹੈ ਨਾ। ਖੁਦਾ ਦੇ ਲੋਕ ਜਿਹੜੇ ਨੇ ਉਹ ਖੁਦਾ ਦੇ ਵਾਂਗਰ ਉਹਦੇ ਬੇਟੇ ਬੇਟੀਆਂ ਜਿਹੜੇ ਨੇ ਉਹਨਾਂ ਦਾ ਹੋਣਾ ਜ਼ਰੂਰ ਹੈ। ਇਸ ਲਈ ਖੁਦਾਵੰਦ ਦਾ ਕਲਾਮ ਜਿਹੜਾ ਪੜਿਆ ਗਿਆ ਮੱਤੀ ਦੇ 5ਵੇਂ ਬਾਬ ਦੇ ਵਿੱਚ, ਖੁਦਾਵੰਦ ਯਸੂ ਮਸੀਹ ਨੇ ਕਿਹਾ ਤੁਸੀਂ ਸੁਣ ਚੁੱਕੇ ਹੋ ਕਿ ਆਖਿਆ ਗਿਆ ਸੀ, ਅਗਲਿਆਂ ਨੂੰ ਦੱਸਿਆ ਗਿਆ ਸੀ ਕਿ ਤੁਸੀਂ ਆਪਣੇ ਗਵਾਂਢੀਆਂ ਦੇ ਨਾਲ ਮੁਹੱਬਤ ਰੱਖੋ ਪਰ ਆਪਣੇ ਦੁਸ਼ਮਣਾਂ ਦੇ ਨਾਲ ਅਦਾਵਤ, ਦੁਸ਼ਮਣਾਂ ਦੇ ਨਾਲ ਦੁਸ਼ਮਣੀ। ਪਰ ਮੈਂ ਤੁਹਾਨੂੰ ਕੀ ਕਹਿਣਾ ਵਾ, ਮੈਂ ਕੀ ਕਹਿਣਾ ਤੁਹਾਨੂੰ, ਇਹ ਅਗਲਿਆਂ ਨੂੰ ਦੱਸਿਆ ਗਿਆ ਸੀ। ਮੈਂ ਤੁਹਾਨੂੰ ਇਹ ਕਹਿਣਾ ਕਿ ਆਪਣੇ ਦੁਸ਼ਮਣਾਂ ਦੇ ਨਾਲ ਮੁਹੱਬਤ ਰੱਖੋ, ਆਪਣੇ ਸਤਾਉਣ ਵਾਲਿਆਂ ਦੇ ਲਈ ਕੀ ਕਰੋ, ਦੁਆ ਕਰੋ, ਬਰਕਤ ਚਾਹੋ। ਖੁਦਾ ਦਾ ਕਲਾਮ ਕਹਿੰਦਾ ਬਰਕਤ ਚਾਹੋ, ਲਾਨਤ ਨਾ ਕਰੋ। ਖੁਦਾਵੰਦ ਯਸੂ ਮਸੀਹ ਨੇ ਬਹੁਤ ਖੂਬਸੂਰਤ ਅੰਦਾਜ਼ ਦੇ ਨਾਲ ਇਹਨਾਂ ਚੈਲੰਜਸ ਨੂੰ, ਇਹਨਾਂ ਚੁਣੌਤੀਆਂ ਨੂੰ, ਇਹਨਾਂ ਕੰਮਾਂ ਨੂੰ ਸਾਡੇ ਸਾਹਮਣੇ ਰੱਖਿਆ। ਜੇ ਤੁਸੀਂ ਆਪਣਿਆਂ ਨੂੰ ਇਸਲਾਮ ਕਰਦੇ ਹੋ ਤੇ ਕੀ ਜ਼ਿਆਦਾ ਕਰਦੇ ਹੋ, ਕੀ ਗੁਨਾਹਗਾਰ ਤੇ ਮਹਿਸੂਲ ਲੈਣ ਵਾਲੇ ਵੀ ਨਹੀਂ ਇੰਜ ਕਰਦੇ, ਜ਼ਿਆਦਾ ਕੀ ਕਰਦੇ ਹੋ। ਖੁਦਾਵੰਦ ਨੇ ਕਿਹਾ ਕਿ ਜਦੋਂ ਤੱਕ ਤੁਹਾਡੀ ਰਾਸਤਬਾਜ਼ੀ ਫੱਕੀਆਂ ਤੇ ਫਰੀਸੀਆਂ ਤੋਂ ਵੱਧ ਨਾ ਹੋਵੇਗੀ ਤੁਸੀਂ ਖੁਦਾ ਦੀ ਬਾਦਸ਼ਾਹੀ 'ਚ ਨਹੀਂ ਦਾਖਲ ਹੋ ਸਕਦੇ। ਕਿ ਫੱਕੀ ਤੇ ਫਰੀਸੀ ਆਪਣਿਆਂ ਲੋਕਾਂ ਨੂੰ ਸ਼ਾਲੂਮ ਸ਼ਾਲੂਮ ਨਹੀਂ ਸਨ ਕਹਿੰਦੇ, ਕਿ ਸਾਡੇ ਮੁਲਕ ਦਾ ਹਰ ਇੱਕ ਸ਼ਖਸ ਉਹ ਮਸੀਹੀ ਹੋਵੇ ਜਾਂ ਨਾ ਹੋਵੇ ਸਲਾਮਾ ਅਲੈਕਮ ਨਹੀਂ ਕਹਿੰਦਾ। ਜੇਕਰ ਤੁਸੀਂ ਆਪਣੇ ਹੀ ਲੋਕਾਂ ਨੂੰ ਸਲਾਮ ਕਰਦੇ ਹੋ, ਉਹਨਾਂ ਦੀ ਸਲਾਮਤੀ ਦੀ ਦੁਆ ਮੰਗਦੇ ਹੋ, ਉਹਨਾਂ 'ਤੇ ਸਲਾਮ ਭੇਜਦੇ ਹੋ ਤਾਂ ਕੀ ਜ਼ਿਆਦਾ ਕਰਦੇ ਹੋ। ਕਿ ਗੁਨਾਹਗਾਰ ਤੇ ਮਹਿਸੂਲ ਲੈਣ ਵਾਲੇ ਵੀ ਇੰਜੀ ਨਹੀਂ ਕਰਦੇ, ਪਰ ਤੁਹਾਡਾ ਕੰਮ ਕੀ ਹੈ, ਤੁਹਾਡਾ ਕੰਮ ਇਸ ਤੋਂ ਵੱਧ ਕੇ ਆ। ਜਿਹੜੇ ਤੁਹਾਡੇ ਦੀ ਲਾਨਤ ਚਾਹੁੰਦੇ ਨੇ ਉਹਨਾਂ ਦੇ ਲਈ ਬਰਕਤ ਚਾਹੋ, ਉਹਨਾਂ ਦੇ ਲਈ ਤੁਸੀਂ ਲਾਨਤ ਨਾ ਕਰੋ। ਮੁਹੱਬਤ ਜਿਹੜੀ ਹੈ ਉਹ ਖੁਦਾਵੰਦ ਦਾ ਕਲਾਮ ਸਾਨੂੰ ਪਿਆ ਦੱਸਦਾ, ਇੱਥੇ ਉਹਨਾਂ ਦੇ ਨਾਲ ਜ਼ਾਹਿਰ ਕਰੋ। ਬਹੁਤ ਵੱਡੀਆਂ ਤੇ ਜ਼ਬਰਦਸਤ ਗੱਲਾਂ ਜਿਹੜੀਆਂ ਨੇ ਖੁਦਾਵੰਦ ਦਾ ਕਲਾਮ ਇਹ ਸਾਡੇ ਸਾਹਮਣੇ ਇੱਥੇ ਰੱਖਣ ਡਿਆ ਕਿ ਕਿਸ ਤਰ੍ਹਾਂ ਅਸੀਂ ਇਹਨਾਂ ਚੀਜ਼ਾਂ ਨੂੰ ਖੁਦਾ ਦੇ ਹਜ਼ੂਰ ਰੱਖਣਾ ਹੈ। ਮੈਂ ਤੁਹਾਨੂੰ ਇਹ ਕਹਿਣਾ ਕਿ ਦੁਸ਼ਮਣਾਂ ਨਾਲ ਮੁਹੱਬਤ ਰੱਖੋ, ਆਪਣੇ ਸਤਾਉਣ ਵਾਲਿਆਂ ਲਈ ਦੁਆ ਕਰੋ। ਕਿਉਂ, ਕਾਹਦੇ ਲਈ, ਤਾਂ ਜੋ ਤੁਸੀਂ ਆਪਣੇ ਬਾਪ ਦੇ ਜਿਹੜਾ ਅਸਮਾਨ 'ਤੇ ਆ ਬੇਟੇ ਠਹਿਰੋ। ਸਾਬਤ ਕਰਨਾ ਹੈ ਬਈ, ਇਹ ਤੇ ਹੋ ਗਿਆ ਕਿ ਯਸੂ ਤੇ ਇਮਾਨ ਹੈ, ਮੈਂ ਯਸੂ ਤੇ ਇਮਾਨ ਰੱਖ ਕੇ ਖੁਦਾ ਦੀ ਧੀ ਬਣ ਗਈ ਹਾਂ, ਮੈਂ ਯਸੂ ਤੇ ਇਮਾਨ ਲਿਆ ਕੇ ਖੁਦਾ ਦਾ ਬੇਟਾ ਬਣ ਗਿਆ। ਪਰ ਸਾਬਤ ਕਰਨਾ ਹੈ ਕਿ ਮੈਂ ਖੁਦਾ ਦੀ ਧੀ ਤੇ ਮੈਂ ਖੁਦਾ ਦਾ ਪੁੱਤਰ ਹਾਂ। ਇਹ ਕਰੋ ਤਾਂ ਜੋ ਤੁਸੀਂ ਠਹਿਰੋ ਬੇਟੇ ਆਸਮਾਨੀ ਬਾਪ ਦੇ,
کیوں اس لئے کہ اسمانی باپ دا رویہ او دی محبت جو دے فضل دا رویہ تے تقاضہ کیے کیوں جو او کی کردہ ہے وہ اپنے سورج نو کی کردہ ہے نیکاں تے بنا دوواں تے چمکاندہ ہے راست بازاں تے ناراستاں دوواں تے مین پاندہ ہے کیوں جو اگر تسی اپنے محبت رکھن والے نالی محبت رکھ دے ہو تے کی تہاڈا اجر کی ہے کی زیادہ کر دے ہو کی اجر ہے تہاڈا اس طرح تے سارے ہی کردے نے تہاڈا تے دوجے لوکاں دا فرق کی ہے محصول لین والے بھی نہیں اس طرح کردے پس چاہیدا ہے خداوند یسوع مسیح نے کیا پس چاہیدا ہے کہ کامل بنو جس طرح تہاڈا آسمانی باپ کامل ہے ہے نا بھائی خدا دی جیڑی مرضی ہے ایمانداراں دے لئی او دی منزل جیڑی ہے او اے نہیں صرف کہ اہی نجات پا کے جنت چ جائیے تے اوتھے جا کے موجاں کریے جنت جا کے انگوراں تے خوراں تے پیالیاں دے نال موجاں کریے اے خدا دی مرضی نہیں جے مسیحاں لئی خدا دی مرضی کی ہے کہ او خدا دے بیٹے دے وانگر کامل بنائے جان اے خدا دی مرضی ہے گناہگاراں نو خدا دی محبت پکار دیئے خدا دی محبت پکار دیئے تاکہ انہاں نو نئے مخلوق بنا دے یسوع تے ایمان لیان دے نال انہاں دا دل نئے بنا دے انہاں دے دماغ نئے بنا دے انہاں دی فطرت نویں بنا دے انہاں نو خدا دے تیاں دے پتر بنا کے کامل کر کے خدا دی حضوری چ پیش کیتا جائے اسی لیے پولوس رسول کہندا ہے کہ مینوں تواڈے بارے دے وچ جڑی اے او درد زہ لگے نے مینوں ڈر اے کہ تسی پھر کدے گناہگاراں وانگر بدکاراں وانگر غیر ایمانداراں وانگر نہ ہو جاؤ وہ کہندا ہے کہ کم اے وے مقصد اے کہ تہانوں میں کامل کر کے ایسی دلہن دی مانت جہدے چہرے تے نہ داغ اے نہ چری اے خداوند دے حضور دلہے دے حضور پیش کراں خدا دی محبت یسوع مسیح دے وچ سب تو زیادہ ظاہر ہوئی ہے وہ محبت جنہیں دکھ اٹھایا ہے اور صلیب تے وہ محبت جیڑی ہے وہ سب تو زیادہ میرے تے تواڈے لئی اس لئی دکھ اٹھاندی ہوئی نظر آندی ہے اس لئی متحرک نظر آندی ہے وہ صلیب بھی گوارا کر دیئے تاں جو گناہ نو دور کر کے کفارہ دے کے اپنی جان دے کے وہ مینو تے تانوں خرید کے دوبارہ کامل کر کے اپنے باپ دے حضور پیش کرے یہ خدا دی محبت ہے جدو جمر ہوسیا کولو نس گئی بدکاراں یاراں دے پیچھے چلی گئی بازار حسن دے وچ غلام بن گئی ہوسیا نو خدا نے کیا جا جا کے اینو اپنی بے وفا بیوی دے نال بدکار بیوی نال محبت رکھ جس طرح میں اسرائیل دے نال محبت رکھی ہے جا انہوں واپس خرید لے اپنے لئی تے انہیں جا کے چاندی دے 15 روپیے دے کے تے 1.5 خومر جڑا ہے وہ جوں دے کے انہوں خرید لیا دا یہ قیمت جڑی ہے یہ ایک عورت جڑی غلامی چ ویچی جاندی سی غلام دی بھی ادھی عورت دی بھی ادھی قیمت ہے اینی کٹیا درجے تے چلی گئی جمر جڑی نبی دی بیوی تے نبیا کہلا سکدی سی ایتی دیکھ پئی کہ غلامیں دی بھی ادھی قیمت او دے کے اونوں خرید لیا او گناہگار جدو خدا دے کولو درجے تو ڈگ پیندا ہے او دی حضوری چو ڈگ پیندا ہے تے او دی قدر کی ہے جمر ارگی رہ جاندی ہے پر جمر نو نبی پھر خرید کے واپس لے آندا ہے پر ایک قیمت کٹ گیا غلام دے او بھی تھلے پر میری تے تہاڈی قیمت کینے دتی ہے اونے چاندی سونے تے جواں دے نال ساڈی قیمت نہیں دتی کیوں جو خداوند دا کلام کہندا ہے کہ ممکن نہیں ہے کہ گناواں دا کفارہ بیلاں بکریاں دے خون یا اناج نال ہو سکے بلکہ قیمت کی دتی ہے برے دے بیش قیمت خون دے نال اونے اپنی جان دے کے مینوں تے تہانوں غلامی تو واپس خریدیا ہے اس لیے خریدیا ہے تاں جو اسیں جی اٹھئے مسیح دی محبت خدا دی محبت تخلیقی محبت کی کر دی ہے دوجیاں دے لئی جگہ بنا دی ہے نویاں چیزاں نو پیدا کر دی تے زندہ رہن دی توفیق دے دی ہے ساڈے بہت سارے ادارے بہت سارے گرجے بہت سارے کام جڑے نے
ਉਹ ਇਸ ਲਈ ਤਬਾਹ ਹੁੰਦੇ ਜਾ ਰਹੇ ਨੇ ਕਿਉਂ ਜੋ ਜਿਹੜਾ ਬਹਿ ਜਾਂਦਾ ਉਹ ਜਾਣ ਹੀ ਨਹੀਂ ਛੱਡਦਾ। ਜਗ੍ਹਾ ਨਹੀਂ ਬਣਾਉਂਦੇ ਕਿਸੇ ਦੂਜੇ ਲਈ, ਅਸੀਂ ਤਬਾਹ ਹੋ ਜਾਏ ਤਾਂ ਹੋ ਜਾਏ, ਜੇ ਮੈਂ ਵੀ ਉਸ ਕੁਰਸੀ 'ਤੇ ਹੀ ਮਰਨਾ ਹੈ ਤਾਂ ਮਰਨਾ ਹੈ, ਜਗ੍ਹਾ ਨਹੀਂ ਛੱਡਣੀ ਕਿਸੇ ਦੂਜੇ ਦੇ ਲਈ। ਸਾਡੀ ਕੌਮ ਦਾ ਇਹ ਅਲਮੀਆ ਹੈ, ਮੁਹੱਬਤ ਦੂਜਿਆਂ ਨੂੰ ਜਗ੍ਹਾ ਦਿੰਦੀ ਏ, ਜਗ੍ਹਾ ਬਣਾਉਂਦੀ ਏ, ਆਪਣੀ ਜ਼ਿੰਦਗੀ ਅਤਾ ਕਰਦੀ ਏ, ਉਹਨਾਂ ਨੂੰ ਕਾਇਮ ਰੱਖਦੀ ਏ। ਮੁਹੱਬਤ ਦੁੱਖ ਉਠਾਉਂਦੀ ਏ ਤਾਂ ਜੋ ਦੂਸਰੇ ਜਿਹੜੇ ਨੇ ਉਹ ਖੁਸ਼ੀ ਪਾਉਣ, ਜ਼ਿੰਦਗੀ ਪਾਉਣ, ਬਰਕਤ ਪਾਉਣ, ਉਹਨਾਂ ਦੀ ਜ਼ਿੰਦਗੀ ਜਿਹੜੀ ਏ ਉਹ ਵਧੇ ਅਤੇ ਫਲੇ ਅਤੇ ਫੁੱਲੇ। ਅਤੇ ਮੁਹੱਬਤ ਜਿਹੜੀ ਏ ਉਹ ਦੂਜਿਆਂ ਨੂੰ ਆਜ਼ਾਦ ਕਰਦੀ ਏ, ਦੂਜਿਆਂ ਨੂੰ ਖਰੀਦ ਲੈਂਦੀ ਏ ਤਾਂ ਜੋ ਦੂਜੇ ਆਜ਼ਾਦੀ ਨਾਲ ਜ਼ਿੰਦਗੀ ਬਸਰ ਕਰ ਸਕਣ। ਅਸੀਂ ਕਿਸ ਤਰ੍ਹਾਂ ਦੀ ਜ਼ਿੰਦਗੀ ਬਸਰ ਕਰ ਰਹੇ ਹਾਂ? ਸਾਡੇ ਲਈ ਚੈਲੰਜ ਹੈ ਕਿ ਅਸੀਂ ਖੁਦਾ ਦੇ ਬੇਟੇ ਅਤੇ ਬੇਟੀਆਂ ਬਣਨਾ ਹੈ, ਸਾਬਤ ਕਰਨਾ ਹੈ ਆਪਣੇ ਆਪ ਨੂੰ। ਅਸੀਂ ਦੂਜਿਆਂ ਲਈ ਥਾਂ ਬਣਾਉਣੀ ਹੈ, ਦੂਜਿਆਂ ਦੇ ਨਾਲ ਪਿਆਰ ਕਰਨਾ ਹੈ, ਦੂਜਿਆਂ ਲਈ ਉਹਨਾਂ ਦੀ ਬਿਹਤਰੀ ਅਤੇ ਭਲਾਈ ਮੰਗਣੀ ਹੈ। ਆਪਣੇ ਪੜੋਸੀਆਂ ਨਾਲ ਕਿੰਝ ਦੀ ਮੁਹੱਬਤ ਰੱਖਣੀ ਹੈ? ਆਪਣੇ ਮਾਨਤ ਅਤੇ ਆਪਣੇ ਦੁਸ਼ਮਣਾਂ ਲਈ ਵੀ ਲਾਨਤ, ਮਲਾਮਤ ਅਤੇ ਤਬਾਹੀ ਬਰਬਾਦੀ ਨਹੀਂ ਅਸੀਂ ਮੰਗ ਸਕਦੇ, ਉਹਨਾਂ ਲਈ ਵੀ ਬਰਕਤ ਚਾਹਨੀ ਹੈ। ਖੁਦਾਵੰਦ ਦੀ ਮਰਜ਼ੀ ਇਹ ਵੀ ਅੱਜ ਦੀ ਸ਼ਾਮ ਕਿ ਅਸੀਂ ਇਲਾਹੀ ਮੁਹੱਬਤ ਖੁਦਾ ਦੇ ਰੂਹ ਦੇ ਨਾਲ ਆਪਣੀਆਂ ਜ਼ਿੰਦਗੀਆਂ 'ਚ ਪਾਈਏ ਅਤੇ ਇਸ ਮੁਹੱਬਤ ਨੂੰ ਜ਼ਾਹਿਰ ਕਰੀਏ। ਖੁਦਾਵੰਦ ਸਾਨੂੰ ਸਾਰਿਆਂ ਨੂੰ ਮਸੀਹ ਦੀ ਮੁਹੱਬਤ, ਇਲਾਹੀ ਮੁਹੱਬਤ ਆਪਣੀਆਂ ਜ਼ਿੰਦਗੀਆਂ 'ਚੋਂ ਜ਼ਾਹਿਰ ਕਰਨ ਦਾ ਫਜ਼ਲ ਦੇਵੇ।